и груди. ਗਨਨ ਕੇ ਨਾਸਕ ਹਰ ਗੁਵਿੰਦ ਸੋਬ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀ ਸਾ ਜਿਸਮੈਂ ਅੰਮ੍ਰਿਤ ਗਿਆਨੁ ਹੈ ਮਾਨੁਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬਿ ਉਦਦ ਬੰਦੋਂ ਕਰਿ ਅਨੁਰਾਗ ਜਿਹਨ ਗੁਰੂ ਸਬਦ ਕਮਾਇ ਜਨ ਜੀਤੇ ਪੰਚ ਵਿਕਾਰ ਤਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸਚੋ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾ ਸਨ ਸੋਏ ਵਾਹਿਗੁਰੂ ਸਾਹਿਬ ਜੀ ਜਬ ਲਗ ਜਗ ਹਮਰੋ ਤਨ ਰਹਿ ਸੁਤ ਮ੍ਰਿਤ ਮਾਤ ਪਿਤਾ ਨਾਹ ਨਹ ਲਹ ਜਬ ਲਗ ਜਗ ਹਮਰੋ ਤਨ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਲ ਯੁਗ ਦੇ ਸਮੇਂ ਦੇ ਅੰਦਰ ਜੈਸਾ ਪਰਮੇਸ਼ਵਰ ਦੀ ਪ੍ਰਕਿਰਤੀ ਦਾ ਪ੍ਰਬੰਧ ਹੈ ਸਤਜੁਗ ਦਾ ਸਮਾਂ ਤ੍ਰੇਤੇ ਦੁਆਪਰ ਦਾ ਸਮਾਂ ਉਸ ਸਮੇਂ ਦਾ ਪ੍ਰਕਿਰਤੀ ਵਾਤਾਵਰਣ ਜਿਹੜਾ ਸੀ ਉਹ ਕਲ ਯੁਗ ਤੋਂ ਅਲੱਗ ਸੀ ਹੁਣ ਜੋ ਮਹਾਰਾਜ ਨੇ ਇਹ ਸਮਾਂ ਸ੍ਰਿਸ਼ਟੀ ਦਾ ਪ੍ਰਬੰਧ ਕੀਤਾ ਹੈ ਇਹਦੇ ਵਿੱਚ ਜਿਹੋ ਜਿਹਾਂ ਬਾਤਾਂ ਵਰਣ ਹੈ ਉਹੋ ਜੈ ਸਰੀਰ ਤੇ ਜੇਹੀ ਰੁੱਤ ਕਾਇਆ ਸੁਖ ਤੇ ਹਾਤੇ ਹੋ ਜਹੀ ਦੇਹੀ ਜਿਹੋ ਜਿਹੇ ਰੁੱਤ ਹੈ ਉਹੋ ਜੀ ਕਾਇਆ ਉਹੋ ਜੈ ਸਰੀਰ ਨੂੰ ਸੁਖ ਮਿਲਦਾ ਹੈ ਤਾਂ ਸੰਤਗੁਣਾ ਨੇ ਬਖਸ਼ਿਸ਼ ਕੀਤੀ ਹੈ ਕਿ ਹੁਣ ਸਤਜੁਗ ਦੇ ਸਮੇਂ ਦੇ ਵਿੱਚ ਸਤ ਪ੍ਰਤੰਗੀ ਲੋਕ ਸਨ ਲੰਬੀਆਂ ਉਮਰਾਂ ਸਨ ਜੋਗ ਸਾਧਿਆ ਕਰਦੇ ਇਉਂ ਧਰਮ ਕਮਾਉਂਦੇ ਸਨ ਤ੍ਰੇਤੇ ਦੁਆਪਰ ਦੇ ਅੰਦਰ ਪੂਜਾ ਪ੍ਰਤੀਸ਼ਟਾ ਵਿੱਚ ਲਾਇਆ ਜਗ ਕਰਨ ਵਿੱਚ ਲਾਇਆ ਤੇ ਇਉਂ ਦੁਨੀਆ ਧਰਮ ਕਮਾਉਂਦੀ ਸੀ ਭਲਾ ਹੁੰਦਾ ਸੀ ਹੁਣ ਕਾਲ ਯੁਗ ਦੇ ਸਮੇਂ ਵਿੱਚ ਪਹਿਲੇ ਯੁਗਾਂ ਦੇ ਮੁਕਾਮਲੇ ਨਾ ਸਾਡੇ ਸਰੀਰ ਨਾ ਉਮਰਾਂ ਨਾ ਸ਼ਕਤੀ ਸਰੀਰ ਦੀ ਨਾ ਯਾਦ ਸ਼ਕਤੀ ਉਤਨੀ ਨਹੀਂ ਰਹੀ ਇਸ ਵਾਰ ਸਤੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮਖਸ਼ਿਸ਼ ਕੀਤੀ ਕਿ ਜਦੋਂ ਸਾਰੇ ਅਹੀਂ ਸ੍ਰਿਸ਼ਟੀ ਦੇ ਜੀਵ ਦੁਖੀ ਹੋ ਰਹੇ ਸਨ ਪੁਕਾਰਾਂ ਕਰ ਰਹੇ ਸਨ ਮਾਲਕ ਦੇ ਚਰਨਾਂ 'ਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਫੈਸਲਾ ਕੀਤਾ ਕਿ ਹੁਣ ਇਸ ਸਮੇਂ ਦੇ ਵਿੱਚ ਕਿਸੇ ਦੇਵੀ ਦੇਵਤੇ ਅਦਕ ਨੂੰ ਭੇਜ ਕੇ ਦੀ ਜੀਵਨ ਦਾ ਭਲਾ ਨਹੀਂ ਹੋ ਸਕਣਾ ਇਸ ਲਈ ਵਾਹਿਗੁਰੂ ਜਿੰਨੇ ਫੈਸਲਾ ਕੀਤਾ ਵੀ ਆਪ ਹੁਣ ਜਾਣਾ ਪਏਗਾ। یوں ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸੁਧ ਚੇਤਨ ਬ੍ਰਹਮ ਰੂਪ ਹੈ ਨਿਰੰજન ਰੂਪ ਹੈ। ਉਸ ਨੇ ਕਿਰਪਾ ਕੀਤੀ। ਸਹਿਬ ਸਤਗੁਰਾਂ ਨੇ ਆਪ ਜੀ ਦੀ ਬੱਧੀ ਹੋਈ ਮਰਯਾਦਾ ਨੂੰ ਕਾਇਮ ਰੱਖਦਿਆਂ ਮਰਯਾਦਾ ਪਰਸ਼ੋਤਮਤਾ ਦੇ ਵਿੱਚ ਮਹਤਾ ਕਲਿਆਣ ਚੰਦ ਜੀ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਆਪਣਾ ਸਰੂਪ ਪ੍ਰਗਟ ਕੀਤਾ ਨਾਨਕ ਨਾਮ ਰਖਾਇਆ ਤੇ ਇਸ ਜਗਤ ਦੇ ਅੰਦਰ ਜਿਹੜਾ ਇਹ ਪਰਮੇਸ਼ਵਰ ਦੀ ਪ੍ਰਾਪਤੀ ਦਾ ਜੀਵਨ ਦੇ ਸੁੱਖ ਦਾ ਲੋਕ ਪਰਲੋਕ ਦੇ ਸੁੱਖ ਮੰਨਣ ਵਾਸਤੇ ਇਹ ਸਿੱਧਾ ਭਲਾ ਮਾਰਗ ਮੇਰੇ ਸਤਿਗੁਰੂ ਪਾਤਸ਼ਾਹ ਨੇ ਗੁਰਸਿੱਖੀ ਦਾ ਬਖਸ਼ਿਸ਼ ਕੀਤਾ ਤਾਂ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਇਤਿਹਾਸ ਸੰਪੂਰਨ ਕਰਨ ਤੋਂ ਉਪਰੰਤ ਸੋ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਰੰਭਤਾ ਦੇ ਵਿੱਚ ਉਹਨਾਂ ਨੇ ਇਹ ਆਰੰਭ ਕਿਵੇਂ ਹੋਇਆ ਫਿਰ ਭਾਈ ਰਾਮਕੌਰ ਸਾਹਿਬੀ ਦਾ ਜ਼ਿਕਰ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚ ਭਾਈ ਰਾਮਕੌਰ ਸਾਹਿਬ ਜੀ ਜਿਹੜਾ ਦਾ ਨਾਮ ਅੰਮ੍ਰਿਤਸਰ ਕੇ ਭਾਈ ਗੁਰਬਖਸ਼ ਸਿੰਘ ਹੋਇਆ ਬਾਬਾ ਬੁੱਢਾ ਜੀ ਦੀ ਵੰਸ਼ ਸਤਗੁਰਾਂ ਦੇ ਨਾਲ ਨਾਲ ਚੱਲਦੀ ਆ ਰਹੀ ਸੀ ਤੋਂ ਭਾਈ ਰਾਮਕੌਰ ਸਾਹਿਬ ਜੀ ਦਸਮ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਸਰੀਰ ਰਿਹਾ। ਦਸਮ ਪਾਤਸ਼ਾਹ ਜਦੋਂ ਸੱਚਖੰਡ ਹਜੂਰ ਸਾਹਿਬ ਸੱਚਖੰਡ ਨੂੰ ਚਲੇ ਗਏ ਤੇ ਸਤਿਗੁਰਾਂ ਦੇ ਹੁਕਮ ਨਾਲ ਭਾਈ ਗੁਰਬਖਸ਼ ਸਿੰਘ ਜੀ ਆਪਣੀ ਨਗਰੀ ਰਮਦਾਸ ਨਗਰੀ ਦੇ ਵਿੱਚ ਵਸ ਰਹੇ ਸਨ ਟਿਕਏ ਸਨ ਗੁਰੂ ਦੇ ਬਚਨ ਦੇ ਨਾਲ ਗੁਰਸਿੱਖਾਂ ਨੇ ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਵਿਛੋੜਾ ਹੈ। ਇਹ ਤੁਸੀਂ ਕਿਰਪਾ ਕਰੋ ਗੁਰੂ ਸਾਹਿਬ ਦੀ ਹਜ਼ੂਰੀ ਰਹੇ ਹੋ ਬ੍ਰਹਮ ਗਿਆਨੀ ਹੋ ਸਤ ਗੁਰਾਂ ਦਾ ਇਤਿਹਾਸ ਸੁਣਾਓ ਭਾਈ ਰਾਮ ਕੋਈ ਸਹਿਬ ਜੀ ਨੇ ਇਹ ਇਤਿਹਾਸ ਸੁਣਾਇਆ ਸੰਗਤਾਂ ਨੇ ਸੁਣਿਆ ਭਾਈ ਸਹਿਬ ਸਿੰਘ ਜੀ ਲਖਾਰੀ ਹੋਏ ਜੋ ਦਸਮ ਪਾਤਸ਼ਾਹ ਜੀ ਦੇ ਸਮੇਂ ਤੇ ਲਖਾਰੀ ਰਹੇ ਸਨ ਭਾਈ ਸਹਿਬ ਸਿੰਘ ਜੀ ਹੁਣੀ ਸੋ ਲਿਖਦੇ ਨੇ ਇਹ ਜਿਹੜਾ ਇਤਿਹਾਸ ਲਿਖਿਆ ਗਿਆ ਭਾਈ ਗੁਰਬਖਸ਼ ਸਿੰਘ ਜੀ ਹੁਣਾਂ ਦੀ ਰਸਨਾ ਦੁਆਰਾ ਭਾਈ ਸਹਿਬ ਸਿੰਘ ਦੀ ਕਲਮ ਤੋਂ ਉਹ ਜਿਤਨਾ ਕੋ ਪੋਥੀ ਲਿਖੀ ਗਈ ਸੀ ਸੋ ਭਾਈ ਸਾਹਿਬ ਜੀ ਹੁਣਾਂ ਨੇ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਉਸ ਨੂੰ ਪ੍ਰਾਪਤ ਕੀਤਾ ਉਹਦੇ ਵਾਸਤੇ ਸੋ ਮਹਾਰਾਜਾ ਪਟਿਆਲਾ ਦਾ ਬਾਬਾ ਬੁੰਡਾ ਜੀ ਦੀ ਵੰਸ ਦੇ ਨਾਲ ਰਿਸ਼ਤੇਦਾਰੀ ਸੀ ਇਸ ਲਈ ਤੋਂ ਭਾਈ ਸਾਹਿਬ ਨੇ ਇਤਿਹਾਸ ਲਿਖਿਆ ਹੈ ਭਾਈ ਉਹਦੇ ਸਿੰਘ ਜੀ ਜੋ ਰਾਜਾ ਕੈਂਥਲ ਦੇ ਹੋਏ ਉਹ ਉਦੇ ਸਿੰਘ ਜੀ ਦੁਆਰਾ ਮਹਾਰਾਜਾ ਪਟਿਆਲਾ ਨੂੰ ਕਹਿ ਕੇ ਕਿਉਂਕਿ ਮਹਾਰਾਜਾ ਪਟਿਆਲਾ ਜਿਹਨੇ ਜੋ ਮਹਾਰਾਜਾ ਆਲਾ ਸਿੰਘ ਜੀ ਹੋਏ ਨੇ ਇਹ ਆਲਾ ਸਿੰਘ ਜੀ ਮਹਾਰਾਜਾ ਹੋਏ ਨੇ ਜਿਨ੍ਹਾਂ ਨੇ ਪਟਿਆਲਾ ਬਰਨਾਲਾ ਜਿਹੜਾ ਮਗਰ ਆਲਾ ਲਾ ਇਹ ਸ਼ਹਿਰ ਉਹਨਾਂ ਨੇ ਬਸਾਇਆ ਤੇ ਪਟਿਆਲੇ ਵਾਲੇ ਮਹਾਰਾਜਾ ਆਲਾ ਸਿੰਘ ਜੀ ਦੀ ਪੁੱਤਰੀ ਸੀ ਨਾਮ ਸੀ ਬੀਬੀ ਪ੍ਰਧਾਨ ਜੀ ਇਹ ਵਿਦਿਆ ਦੀ ਕਦਰਦਾਨ ਤੇ ਸਾਧੂ ਬਿਰਤੀ ਦੀ ਮਾਲਕ ਸੀ। ਤੋਂ ਇਸ ਦੀ ਸ਼ਾਦੀ ਜਿਹੜੀ ਹੈ ਭਾਈ ਰਾਮ ਕੌਰ ਸਾਹਿਬ ਜੀ ਦੇ ਸੁਪੁੱਤਰ ਭਾਈ ਮੋਹਰ ਸਿੰਘ ਜੀ ਨਾਲ ਹੋਈ ਹੋਈ ਸੀ। ਇਸ ਵਾਸਤੇ ਤੋਂ ਇਸ ਥੀਕ ਕੇ ਦੇ ਨਾਮ ਨੂੰ ਸਿਫਾਰਿਸ਼ ਕਰਕੇ ਮਹਾਰਾਜਾ ਪਟਿਆਲਾ ਦੀ ਉਹ ਪੋਥੀ ਜਿਹੜੀ ਸੀ ਨਾ ਇਤਿਹਾਸ ਦੀ ਕੈਂਥਲ ਵਿੱਚ ਪੁੱਜੀ ਸੀ। ਜਿਸ ਤੋਂ ਭਾਈ ਸਾਹਿਬ ਜੀ ਨੇ ਇਤਿਹਾਸ ਨੂੰ ਸ਼ੁਰੂ ਕੀਤਾ। ਤੋਂ ਜਿਸ ਵੇਲੇ ਅੰਗਰੇਜ਼ ਦਾ ਰਾਜ ਆ ਗਿਆ ਤੇ ਉਸ ਵੇਲੇ ਲਿਖਿਆ ਇਤਿਹਾਸ ਵਿੱਚ ਕਿ ਇਸ ਕੈਂਥਲ ਦੀ ਲੁੱਟ ਹੋਈ ਉਹਦੇ ਵਿੱਚ ਸੋ ਰਾਜੇ ਕੈਂਥਲ ਦੇ ਮਹਿਲਾਂ ਦੇ ਵਿੱਚੋਂ ਇਹ ਲੁੱਟ ਦੇ ਵਿੱਚ ਜਿਹੜੀ ਪੋਤੀ ਗੁੰਮ ਹੋ ਗਈ ਜੋ ਵਾਪਸ ਨਹੀਂ ਆ ਸਕੀ ਉੱਥੋਂ ਭਾਈ ਸਾਹਿਬ ਜੀ ਹੁਣਾਂ ਨੇ ਇਹ ਇਤਿਹਾਸ ਜਿਹੜਾ ਆਰੰਭ ਕੀਤਾ ਵੀ ਭਾਈ ਰਾਮਪੁਰ ਸਾਹਿਬ ਆਵਾਜ਼ ਉਹਨਾਂ ਨੇ ਕਥਨ ਕੀਤਾ ਹੁਣ ਗੁਰੂ ਪਰਨਾਲੀ ਦੱਸ ਰਹੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਾਂ ਗੁਰੂਆਂ ਤੱਕ ਕੀ ਸਤਿ ਆਵਦੀ ਪਿਉ ਅਵਤਾਰ ਕਦੋਂ ਹੋਇ ਸੱਚਖਣ ਕਦੋਂ ਗਏ ਗੁਰਗੱਦੀ ਤੇ ਕਿਵੇਂ ਬੈਠੇ ਉਹ ਪ੍ਰਣਾਲੀ ਹੈ ਗੁਰੂ ਨਾਨਕ ਸਾਹਿਬ ਦਾ ਜਿਕਰ ਗੁਰੂ ਅੰਗਦ ਦੇ ਸਾਹਿਬ ਦਾ ਜਿਕਰ ਹੋਇਆ ਹੈ ਹੁਣ ਸਹਿਬ ਗੁਰੂ ਅਮਰਦਾਸ ਮਹਾਰਾਜ ਜਿਸ ਤਰੀਕੇ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਗੁਰੂ ਪੰਦੀ ਮੀਤੇ ਵਿਰਾਜਮਨ ਹੋ ਕਰਕੇ ਬਖਸ਼ਿਸ਼ ਕੀਤੀ ਤੇ ਹਜੂਰ ਜੀ ਨੇ ਕਿਰਪਾ ਕੀਤੀ ਤੇ ਇੱਥੇ ਬਿਆਨ ਕੀਤਾ ਜਾ ਰਿਹਾ ਹੈ ਕਿ ਸਤਿਗੁਰੂ ਅਮਰਦਾਸ ਮਹਾਰਾਜ ਨੇ ਇੱਕ ਪਰਣ ਕੀਤਾ ਸੀ ਗੁਰਗੱਦੀ ਤੇ ਬੈਠ ਕੇ ਇੱਕ ਮਾਤਾ ਸੀ ਉਹਨਾਂ ਦੇ ਇੱਕ ਪੁੱਤਰ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਤੇ ਇਹ ਤਾਪ ਦੇ ਨਾਲ ਉਹ ਬੱਚਾ ਚੜ੍ਹਾਈ ਕਰ ਗਿਆ ਪਿਤਾ ਸਿਰ ਤੇ ਹੈ ਹੀ ਨਹੀਂ ਸੀ ਮਾਤਾ ਅੰਮ੍ਰਿਤ ਮੈਲ ਨੇ ਸੁਬੈਰਾਹ ਕਰ ਰਹੀ ਸੀ ਤੇ ਸਤਿਗੁਰੂ ਅਮਰਦਾਸ ਮਹਾਰਾਜ ਸਿਮਰਨ ਚ ਬੈਠੇ ਸਨ ਆਪਣੇ ਹਜ਼ੂਰੀ ਸੇਵਕ ਭਾਈ ਬੱਲੂ ਜੀ ਨੂੰ ਭੇਜਿਆ ਭੀ ਜਾਓ ਮਾਤਾ ਜੀ ਨੂੰ ਕਹੋ ਇਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ ਹੈ ਉਹ ਚੁੱਪ ਕਰ ਜਾਵੇ ਜੋ ਵੀ ਦੁੱਖ ਫਰਿਆਦ ਹੈ ਉਹ ਜਿਸ ਵੇਲੇ ਦਿਨ ਚੜ੍ਹੇਗਾ ਤੇ ਆਣ ਕੇ ਗੁਰੂ ਚਰਨਾਂ ਚ ਉਹਦੀ ਫਰਿਆਦ ਸੁਣੀ ਜਾਊਗੀ ਮਾਤਾ ਜੀ ਨੂੰ ਜਦੋਂ ਇਹ ਗੱਲ ਇਹ ਗੱਲ ਦੱਸੀ ਗਈ ਮਾਤਾ ਜੀ ਦੇ ਮਨ ਵਿੱਚ ਖੁਸ਼ੀ ਹੋਈ ਵੀ ਗੁਰੂ ਸਾਹਿਬਾਂ ਤੱਕ ਮੇਰੀ ਚੀਕ ਪਹੁੰਚ ਗਈ ਹੁਣ ਗੁਰੂ ਸਾਹਿਬ ਕਿਰਪਾ ਕਰਨਗੇ ਤੋਂ ਸਤਗੁਰੂ ਨੇ ਬਖਸ਼ਿਸ਼ ਕੀਤੀ ਜਦੋਂ ਹਜੂਰ ਪਾਤਸ਼ਾਹ ਬਖਸ਼ਿਸ਼ ਕੀਤੀ ਸਮਾਧੀ ਤੋਂ ਉਥਾਨ ਹੋਏ ਨੇ ਤੇ ਉਸ ਵੇਲੇ ਮਾਤਾ ਜੀ ਨੇ ਲਿਆਣ ਕੇ ਜੋ ਆਪ ਜੀ ਦਾ ਛੋਟਾ ਬਾਲ ਤੈਤ ਆਪ ਨਾਲ ਮਰਿਆ ਸੀ ਲਿਆਣ ਕੇ ਗੁਰੂ ਦੇ ਚਰਨਾਂ 'ਚ ਪਾ ਦਿੱਤਾ ਤੇ ਬੇਨਤੀ ਕੀਤੀ ਮਹਾਰਾਜ ਮੇਰਾ ਬੇਟਾ ਇਉਂ ਤੈਤ ਆਪ ਨਾਲ ਚੜਾਈ ਕਰ ਗਿਆ ਹੈ ਤੇ ਤੁਸੀਂ ਕਿਰਪਾ ਕਰੋ ਮਾਹਰੇ ਮੇਰੇ ਪੁੱਤਰ ਨੂੰ ਜਿਉਂਦਾ ਕੋਨੋ ਮੇਰਾ ਜੀਵਨ ਦਾ ਆਸਰਾ ਹੀ ਇਹ ਹੈ ਸਤਿਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਸੋਚ ਵਿੱਚ ਪਏ ਨੇ ਕਿ ਪਰਮੇਸ਼ਵਰ ਦੇ ਬਾਣੇ ਵਿੱਚ ਰਜਾ ਵਿੱਚ ਰਹਿਣਾ ਗੁਰੂ ਨਾਨਕ ਦੇ ਸਿੱਖ ਧਰਮ ਦਾ ਫਰਜ਼ ਹੈ ਤੇ ਹੁਣ ਅਸੀਂ ਬਚਨ ਇਹਨਾਂ ਨੂੰ ਦਿੱਤਾ ਹੈ ਇਸ ਮਾਤਾ ਨੂੰ ਇਹ ਸਾਨੂੰ ਬਚਨ ਪੂਰਾ ਕਰਨਾ ਪੈਣਾ ਤੇ ਇਸ ਵਾਸਤੇ ਅੱਗੇ ਵਾਸਤੇ ਸਾਨੂੰ ਐਸਾ ਨਾ ਕਰਨਾ ਪਵੇ ਸਤਗੁਰਾਂ ਨੇ ਉੱਥੇ ਫਿਰ ਪਰਣ ਕੀਤਾ ਵੀ ਜਿਤਨਾ ਸਮਾਂ ਅਸੀਂ ਗੁਰੂਤਾ ਗੱਦੀ ਦੇ ਤਖਤ ਤੇ ਬਰਾਜਮਾਨ ਹੋ ਕਰਕੇ ਗੁਰਿਆਈ ਕਰਨੀ ਹੈ ਉਤਨਾ ਸਮਾਂ ਕੋਈ ਵੀ ਇਸ ਗੋਇੰਦਵਾਲ ਸਾਹਿਬ ਦੇ ਨਗਰੀ ਦੇ ਵਿੱਚ ਕੋਈ ਮਾਂ ਹਾਏ ਪੁੱਤ ਆ ਕਹਿ ਕਰਕੇ ਰੋਏਗੀ ਨਹੀਂ ਭਾਵਸੀਂ ਮਾਤਾ ਪਿਤਾ ਦੇ ਅੱਗੇ ਕੋਈ ਬੱਚਾ ਚੜਾਈ ਨਹੀਂ ਕਰੂਗਾ ਇਹ ਪਰਣ ਕੀਤਾ ਸੀ ਤੇ ਗੁਰੂ ਸਾਹਿਬ ਦੀ ਬਾਣੀ ਵਿੱਚ ਗੁਰੂ ਗੰਗ ਸਾਹਿਬ ਵਿੱਚ ਵੀ ਇਹ ਮਹਾਰਾਜ ਦਾ ਪਰਣ ਜਿਹੜਾ ਹੈ ਉਸ ਨੂੰ ਇਸ ਤਰੀਕੇ ਦੇ ਨਾਲ ਦਰਜ ਕੀਤਾ ਗਿਆ ਕਿ ਸੋ ਨਾਮ ਸੁਨੇ ਸੁਤ ਭਾਨ ਡਰਿਆ ਸਭ ਅਮਰਦਾ ਸਤਗੁਰਾਂ ਦਾ ਨਾਮ ਸੁਣ ਕਰਕੇ ਸੂਰਜ ਦਾ ਪੁੱਤਰ ਧਰਮਰਾਜਾ ਵੀ ਡਰਦਾ ਹੈ ਤੇ ਉਹਨੇ ਜਿਤਨਾ ਸਮਾਂ ਗੁਰੂ ਸਾਹਿਬ ਜੀ ਗੁਰਿਆਈ ਗੰਦੀ ਤੇ ਰਹੇ ਨਹੀਂ ਗੋਇੰਦਵਾਲ ਸਾਹਿਬ ਵਿੱਚ ਤੀਜੇ ਪਾਤਸ਼ਾਹ ਉਤਨਾ ਸਮਾਂ ਕੋਈ ਪਸ਼ੂ ਪੰਛੀ ਵੀ ਨਹੀਂ ਉੱਥੇ ਚੜ੍ਹਾਈ ਕੀਤੀ ਜਮ ਜਿਹੜੇ ਉੱਥੇ ਪ੍ਰਵੇਸ਼ ਨਹੀਂ ਕੀਤਾ ਤੋਂ ਕਹਿੰਦੇ ਇਸ ਤਰੀਕੇ ਦੇ ਨਾਲ ਪੜਨਿਭਾਇਆ ਸੀ ਮਹਾਰਾਜ ਸਤਗੁਰੂ ਪਾਤਸ਼ਾਹ ਜੀ ਨੇ ਉਹਦਾ ਜ਼ਿਕਰ ਭਾਈ ਸਾਹਿਬ ਜੀ ਹੁਣੇ ਕਰ ਰਹੇ ਨੇ ਕਿ ਧੰਨ ਮੇਰੇ ਸ਼ਾਨ ਸ਼ਾ ਪਿਤਾ ਸਹਿਬ ਅਮਰਦਾਸ ਮਹਾਰਾਜ ਜੀ ਆਪ ਪਰਣ ਕਰਕੇ ਉਹਨਾਂ ਨੇ ਨਭਾਇਆ ਹੈ ਇਸ ਤਰੀਕੇ ਦੇ ਨਾਲ ਔਰ ਤਈਏ ਤਾਪ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਇੱਕ ਬਾਲਕ ਦੇ ਰੂਪ ਵਿੱਚ ਕਰਕੇ ਪਿੰਜਰੇ 'ਚ ਪਾ ਕੇ ਰੱਖ ਲਿਆ ਸੀ ਕੋਲ ਭਾਈ ਲਾਲੋ ਜੀ ਹੋਈ ਨੇ ਭਾਈ ਡੱਲਾ ਨਵਾਸੀ ਭਾਈ ਪਾਰੋ ਜੀ ਦੇ ਨਗਰ ਦੇ ਉਹ ਜਿਸ ਦੇ ਦਰਸ਼ਨ ਕੀਤੇ ਤੇ ਇਹ ਹੁਣ ਬਿਲਕਿਉਂ ਉੱਥੇ ਦੁਖੀ ਹੋਇਆ ਉਸ ਬੱਚੇ ਦੇ ਤਰਸ ਕਰਕੇ ਉਸਨੇ ਬੇਨਤੀ ਮਹਾਰਾਜੀ ਬਾਲਕ ਮੈਨੂੰ ਦੇ ਦਿਓ ਮੈਂ ਇਸ ਦੀ ਸੇਵਾ ਕਰੂੰਗਾ ਗੁਰੂ ਸਾਹਿਬ ਕਹਿਣ ਲੱਗੇ ਤੂੰ ਇਹ ਬੜਾ ਹੈ ਕਹਿੰਦੇ ਇਹਨੂੰ ਨਾ ਤੂੰ ਹੱਥ ਕਰ ਇਹ ਬਹੁਤ ਪੈੜੀ ਮੂਰੀ ਬਲਾ ਹੈ ਕਹਿੰਦਾ ਨਹੀਂ ਮਹਾਰਾਜੋ ਵੀ ਹੋਊਗਾ ਮੈਂ ਇਹਦੀ ਸੇਵਾ ਕਰੂੰ ਵਿਚਾਰਾ ਬੱਚਾ ਹੈ યું ਉਸ ਨੂੰ ਲੈ ਗਿਆ ਸੀ ਪਿੰਜਰੇ ਚ ਪਾਏ ਕਢਾ ਕੇ ਤੇ ਜਿਸ ਵੇਲੇ ਜਾ ਰਿਹਾ ਸੀ ਇਸ ਪ੍ਰਕਾਰ ਨਗਰ ਤਾਂ ਉੱਥੇ ਅਜੇ ਤੱਕ ਉਸ ਭਾਈ ਲਾਲੋ ਜੀ ਦਾ ਅਸਥਾਨ ਬਣਿਆ ਭਾਈ ਡੱਲੇ ਦੇ ਨਗਰ ਦੇ ਵਿੱਚ ਤੇ ਉੱਥੇ ਤੇ ਇਹ ਤਾਪ ਦਾ ਇਸੇ ਤਰ੍ਹਾਂ ਹੀ ਜੇਕਰ ਜਿਹੜਾ ਉਹ ਚੱਲਦਾ ਹੈ ਕਿ ਸੋ ਜਿਲ ਭਾਈ ਸਾਹਿਬ ਕਰਨ ਲੱਗੇ ਵੀ ਤੂੰ ਕੀ ਖਾਏਂਗਾ ਕਹਿੰਦਾ ਜੀ ਮੇਰੀ ਖੁਰਾਕ ਮਾਰ ਇਸ ਤਰ੍ਹਾਂ ਸੋ ਬਾਹਰ ਛੱਪੜ ਤੇ ਤਲਾ ਦੇ ਉੱਤੇ ਧੋਬੀ ਜਿਹੜਾ ਸੀ ਉਹ ਕੱਪੜੇ ਧੋ ਰਿਆ ਸੀ ਤੇ ਉਹਦੇ ਕੋ ਨੇੜੇ ਜਦੋਂ ਗਿਆ ਤੇ ਕਹਿਣ ਲੱਗਾ ਜੀ ਮੈਨੂੰ ਭੁੱਖ ਲੱਗੀ ਆ ਮੈਂ ਕੁਝ ਖਾ ਲਵਾਂ ਕਹਿੰਦੇ ਵੀ ਤੈਨੂੰ ਦੁੱਧ ਕਿਉਂ ਸਭ ਕੁਝ ਦਵਾਂ ਕਹਿੰਦੇ ਨਹੀਂ ਜੀ ਮੇਰੀ ਖੁਰਾਕ ਇਹ ਉਹ ਧੋਬੀ ਨੂੰ ਚੜਿਆ ਉਹ ਵਿਚਾਰਾ ਕੰਬਣ ਲੱਪਿਆ ਕੰਮ ਛੰਡ ਕੇ ਪੈ ਗਿਆ ਉਹ ਹੋਸ਼ ਹੋ ਗਿਆ ਉਹਦੇ ਕੋਲੋਂ ਖੱਪਰ ਭਰ ਕਰਕੇ ਖੂਨ ਦਾ ਲਿਆ ਕੇ ਤੇ ਭਾਈ ਲਾਲੋ ਜੀ ਦੇ ਸਾਹਮਣੇ ਪੀਣ ਲਾ ਕਹਿੰਦਾ ਮੇਰੀ ਖੁਰਾਕ ਇਹ ਹੈ ਉਹ ਕਹਿੰਦਾ ਮਹਾਰਾਜ ਕਹਿੰਦੇ ਤੂੰ ਤੇ ਬੁਰੀ ਬਲਾ ਲੋਕਾਂ ਦਾ ਖੂਨ ਪੀ ਚੱਲ ਪਾਈ ਤੈਨੂੰ ਉੱਥੇ ਹੀ ਕੈਦ ਕਰਾ ਦੇ ਕਹਿੰਦਾ ਨਹੀਂ ਮੈਨੂੰ ਤੂੰ ਬਖਸ਼ ਦੇ ਤੇ ਮੈਨੂੰ ਛੱਡ ਦੇ ਤੇ ਮੈਂ ਜਿੱਥੇ ਵੀ ਇਹ ਤੇਰੀ ਸਾਖੀ ਜਣੀ ਸੁਣਾਈ ਜਾ ਉੱਥੇ ਮੈਂ ਮੁੜ ਕੇ ਨਹੀਂ ਆਵਾਂਗਾ ਇਹ ਪਰਨ ਫੇ ਭਾਈ ਲਾਲੋ ਜੀ ਤੋਂ ਲੈ ਕੇ ਇਹ ਤਈਆ ਤਾਪ ਜਿਹੜਾ ਸੀ ਉਸ ਨੇ ਛੁਟਕਾਰਾ ਕਰਵਾਇਆ ਸਤਸੰਗਤ ਇਹ ਗੁਰੂ ਦੀ ਸਮਰੱਥਾ ਹੈ ਇਹੋ ਜੇ ਰੋਗਾਂ ਨੂੰ ਦੁੱਖਾਂ ਤਕਲੀਫਾਂ ਨੂੰ ਵजूद ਵਿੱਚ ਲਿਆ ਕਰਕੇ ਪਕੜ ਲੈਣਾ ਇਹ ਗੁਰੂ ਦੀ ਸਮਰੱਥਾ ਹੈ ਔਰ ਦੁਨੀਆਂ ਦੀ ਸਮਝ ਤੋਂ ਇਹ ਉੱਪਰਲੀ ਗੱਲ ਹੈ ਵੱਡੀ ਗੱਲ ਹੈ ਦੁਨੀਆਂ ਦੇ ਲੋਕ ਸਮਝ ਪਈ ਤੇ ਇਹ ਤਾਂ ਆਪ ਬਾਲਕ ਕਿਵੇਂ ਬਣ ਗਿਆ ਇਹ ਗੁਰੂ ਸਾਹਿਬ ਦੀ ਸਮਰੱਥਾ ਹੈ ਹਰ ਵਸਤੂ ਦਾ ਕੋਈ ਵजूद ਹੈ ਤੇ ਸਤਿਗੁਰੂ ਆਪ ਹੀ ਪਰਮੇਸ਼ਰ ਰੂਪ ਹੋ ਕੇ ਬਣਾਉਣ ਵਾਲੇ ਤੇ ਆਪ ਹੀ ਪਕੜਨ ਵਾਲੇ ਇਸ ਵਾਸਤੇ ਤੋਂ ਸਾਬ ਸਤਿਗੁਰੂ ਜੀ ਦਾ ਇਹ ਜਿਹੜਾ ਪਰਣ ਸੀ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਤੋਂ ਉਸ ਨੇ ਤਾਂ ਹੀ ਅਈ ਸੰਤੋਖ ਸੰਗ ਇਹ ਤੇ ਜ਼ਿਕਰ ਕਰ ਰਹੇ ਨੇ ਤੋਂ ਇਥੋਂ ਲੜੀ ਨੂੰ ਆਪਾਂ ਸ਼ੁਰੂ ਕਰਦੇ ਆਂ ਇਤਿਹਾਸ ਦੀ ਨੂੰ ਸਤਿਗੁਰੂ ਪਾਸ਼ੇ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਮੁੱਖ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਜਦ ਲੱਗ ਜਗ ਹਮਰ ਤਨ ਰਹੇ ਜਦੋਂ ਤੱਕ ਸਾਡਾ ਸਰੀਰ ਜਗਤ ਵਿੱਚ ਰਹੇਗਾ ਸੁਤ ਮ੍ਰਿਤ ਮਾਤ ਪਿਤਾ ਨਹ ਲਹੇ ਕੋਈ ਮਾਤਾ ਪਿਤਾ ਦੇ ਸਾਹਮਣੇ ਪੁੱਤਰ ਦੀ ਮੌਤ ਨਹੀਂ ਹੋਵੇਗੀ ਇਹ ਪਰਣ ਕੀਤਾ ਨਿਭਾਇਆ ਮਹਾਰਾਜ ਨੇ ਦਵੈ ਬਸੰਤ ਦਿੱਲੀ ਉਮਰਾਵ ਤੋਂ ਕਹਿੰਦੇ ਨੇ ਫਿਰ ਮਹਾਰਾਜ ਅਮਰਦਾਸ ਸਤਿਗੁਰਾਂ ਨੇ ਬਖਸ਼ ਦਵੈ ਬਿੰਸਤ ਬਿੰਸਤ ਮੀ ਤੇ ਦਵੈ ਦੋ 22 ਜਿਹੜੇ ਸੀ ਇਸ ਪ੍ਰਕਾਰ ਸੂਬੇ ਸਨ ਇਸ ਪ੍ਰਕਾਰ ਸੋ ਰਾਜੇ ਦੇ ਭਾਰਤ ਵਰਸ਼ ਦੇ 22 ਸੂਬੇ ਸਨ ਉਸ ਵੇਲੇ ਸਿੱਖ ਮੰਜੀ ਸੋ ਬਿਠਾਬ ਤੇ ਸਤਿਗੁਰੂ ਜੀ ਨੇ ਜਿਸ ਤਰ੍ਹਾਂ 22 ਸੂਬੇ ਸਨ ਸੋ ਬਾਦਸ਼ਾਹ ਅਕਬਰ ਨੇ ਤੇ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਨੇ 22 ਹੀ ਗੁਰਮੁਖਤਾਈ ਦੀਆਂ ਮੰਝੀਆਂ ਬਖੀ ਕੀਤੀਆਂ ਗੁਰਸਿੱਖਾਂ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਕੌਣ ਕੌਣ ਗੁਣ ਤਨ ਕੇ ਭੰਨੀ ਅਹ ਤੇ ਕਵੀ ਜੀ ਕਹਿੰਦੇ ਮੈਂ ਕਹਿੰਨੇ ਕਹਿੰਦੇ ਗੁਣ ਤਨ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰ ਦੇ ਬਚਨ ਕਰਾਂ ਜਲ ਤਰੰਗ ਰਜ ਕੰ ਸਮ ਗਨਿਅਹ ਜਿਤਨਾ ਵੀ ਕਹੀਏ ਇਸ ਪ੍ਰਕਾਰ ਸੋ ਜਿਵੇਂ ਧੂੜ ਦਾ ਕਿਨਕਾ ਹੋਵੇ ਪਾਣੀ ਦੀ ਲਹਿਰ ਹੋਵੇ ਅਸੀਂ ਤਾਂ 토ਛਾ ਮਾਤਰ ਉਹ ਮਹਾਰਾਜ ਦੇ ਗੁਣ ਕਰ ਸਕਦੇ ਆ ਗੈ ਸਕਦੇ ਆ ਮਹਾਰਾਜ ਬਿੰਤ ਗੁਣਾ ਦੇ ਮਾਲਕ ਨੇ ਤਾਂ ਹੀ ਕਿਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨਿਆ ਤੁਹਾਡੀ ਮਹਿਮਾ ਤੁਹਾਨੂੰ ਹੀ ਬਣਉਂਦੀ ਸੱਚੇ ਪਾਤਸ਼ਾਹ ਰਾਮੋ ਨਾਮ ਭਾਰਜਾ ਅਹ ਤੋ ਇਹਨਾਂ ਦੇ ਧਰਮਸ ਪਤਨੀ ਜੀ ਦਾ ਨਾਮ ਰਾਮੋ ਜੀ ਹੋਇਆ ਹੈ ਜਿਸ ਔਰ ਪਤ ਬ੍ਰਤ ਬਾਸਾ ਲਹ ਜਿਨ੍ਹਾਂ ਦੇ ਹਿਰਦੇ ਵਿੱਚ ਪਤੀ ਵਰਤਾ ਧਰਮ ਦਾ ਨਿਵਾਸ ਹੈ ਪਰਪਕ ਹਨ ਧਰਮਪਤੀ ਦੇ ਵਿੱਚ ਦਵੈ ਸੁਤ ਜਿਸ ਤੇ ਜਨਮਤ ਭਏ ਉਹਨਾਂ ਤੋਂ ਦੋਸ ਪੁੱਤਰਾਂ ਨੇ ਜਨਮ ਲਿਆ ਹੈ ਮੋਹਨ ਨਾਮ ਮੋਹਰੀ ਥਏ ਤੋ ਵੱਡੇ ਦਾ ਨਾਮ ਮੋਹਨ ਜੀ ਸੀ ਛੋਟੇ ਦਾ ਨਾਮ ਮੋਹਰੀ ਜੀ ਹੋਇਆ ਉਪਜੀ ਸੁਤਾ ਨਾਮ ਜਿਸ ਭਾਨੀ ਫਿਰ ਇੱਕ ਪੁੱਤਰੀ ਦਾ ਜਨਮ ਹੋਇਆ ਜਿਨ੍ਹਾਂ ਦਾ ਨਾਮ ਬੀਬੀ ਪਾਨੀ ਜੀ ਹੋਇਆ ਹੈ ਅਬਰ ਨਾ ਪਿਖੀ ਅਹ ਜਾਹੇ ਸਮਾਨੀ ਜਿਨ੍ਹਾਂ ਵਰਗਾ ਹੋਰ ਕੋਈ ਜਾਣਿਆ ਨਹੀਂ ਜਾ ਸਕਦਾ ਅਬਰ ਮਾਨ ਬਰ ਭਾਗ ਮਹਾਨ ਵੱਡੇ ਭਾਗਾਂ ਵਾਲੇ ਜਿਨ੍ਹਾਂ ਦਾ ਕੋਈ ਅੰਦਾਜ਼ਾ ਹੀ ਨਹੀਂ ਐਹੋ ਜੇ ਭਾਗਵਾਨ ਬੀਬੀ ਪਾਨੀ ਜੀ ਹੋਏ ਜਿਸ ਕੋ ਪਿਤਾ ਗੁਰੂ ਜਗਮਨ ਜਿਨ੍ਹਾਂ ਦਾ ਪਿਤਾ ਵੀ ਗੁਰੂ ਹੈ ਸੰਸਾਰ ਵਿੱਚ ਗੁਰੂ ਅਮਰਦਾਸ ਮਹਾਰਾਜ ਕੁੰਨ ਭਰਤਾ ਨੇ ਗੁਰਤਾ ਪਾਈ ਫਿਰ ਉਹਨਾਂ ਦੇ ਪਤੀ ਦੇਵ ਧੰਗੁਰ ਰਾਮਦਾਸ ਮਹਾਰਾਜ ਨੇ ਗੁਰਿਆਈ ਪ੍ਰਾਪਤ ਕੀਤੀ ਜਿਨਹੋ ਉਦਾਰੇ ਨਰ ਸਮਦਾਈ ਜਿਨ੍ਹਾਂ ਨੇ ਬਹੁ ਸਾਰੇ ਮਨੁੱਖਾਂ ਦਾ ਉਧਾਰ ਕੀਤਾ ਪੁਨਹ ਜਗਤ ਕੋ ਗੁਰ ਸਤਿ ਭਇਓ ਫਿਰ ਤਿਨਾ ਦਾ ਸੁਪੁੱਤਰ ਜੋ ਧਨਗੁਰੂ ਅਰਜਨ ਦੇਵ ਸਾਹਿਬ ਜਗਤ ਗੁਰੂ ਹੋਏ ਸੋ ਜਸ ਪ੍ਰਕਾਸ਼ ਦਸੋਂ ਦਿਸ਼ ਕਿਯੋ ਤੇ ਜਿਨ੍ਹਾਂ ਦਾ ਜਸ ਦਸੋਂ ਦਿਸ਼ਾ ਵਿੱਚ ਪ੍ਰਗਟ ਹੋਇਆ ਸਾਰੇ ਹੀ ਜਾਂ ਤੇ ਬਹੁ ਵੱਡ ਭਾਗਾ ਭਾਨੀ ਇਸ ਵਾਸਤੇ ਵੱਡੇ ਭਾਗਾਂ ਵਾਲੇ ਭਾਨੀ ਜੀ ਹੋਏ ਹਨ ਜਹ ਕਹਿ ਪ੍ਰਗਟ ਨਾਮ ਜਗ ਜਾਨੀ ਜਗਤ ਵਿੱਚ ਜਿੱਥੇ ਕਿੱਥੇ ਕਹਿੰਦੇ ਨਾਮ ਪ੍ਰਗਟ ਹੈ ਬੀਬੀ ਭਾਨੀ ਜੀ ਦਾ ਸ੍ਰੀ ਗੁਰੂ ਅਮਰਪੁੱਤਰ ਪੁੱਤਰ ਵੱਡ ਮੋਹਨ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸੁਪੁੱਤਰ ਮੋਹਨ ਜੀ ਹੋਏ ਹਨ ਦੇਵ ਬਦੂ ਜਿਸ ਕਰਹੇ ਨਾਮ ਮੋਹਨ ਤਾਂ ਕਹਿੰਦੇ ਐਹੋ ਜਏ ਇਹ ਬਰਕਤ ਸਨ ਦੇਵਤਿਆਂ ਦੀਆਂ ਪਰੀਆਂ ਵੀ ਮੋਹਤ ਨਹੀਂ ਕਰ ਸਕਦੀਆਂ ਸਨ ਉਹਨਾਂ ਦੇ ਤਾਂ ਸਿਰ ਤੇ ਨਗਨ ਰਹੇ ਉਨ ਮਤ ਉਨ ਮਤ ਕਹਿੰਦੇ ਮਸਤ ਰਹਿੰਦੇ ਸਨ ਸਿਰ ਤੋਂ ਨੰਗੇ ਰਹਿਣਾ ਤੇ ਮਸਤ ਬਿਰਤੀ ਚ ਰਿਆ ਕਰਦੇ ਸਨ ਹਿਰਦੇ ਗਿਆਨ ਦਿਢ ਚੇਤਨ ਸਤ ਤੋ ਇਸ ਪ੍ਰਕਾਰ ਹਿਰਦੇ ਵਿੱਚ ਜੋ ਸਤ ਚੇਤਨ ਪਰਮੇਸ਼ਰ ਹੈ ਉਸ ਦਾ ਗਿਆਨ ਪਰ ਪੱਕ ਅਸੀਂ ਮੋਹਣ ਜੀ ਦੇ ਹਿਰਦੇ ਵਿੱਚ ਕਬਜੁਗ ਹਾਥਨ ਕਰਹਿ ਆਹਾਰੇ ਤੇ ਇਹੋ ਜੇ ਉਣਮਤ ਮਸਤ ਸਨ ਕਦੇ ਦੋਨੋਂ ਹੱਥਾਂ ਨਾਲ ਭੋਜਨ ਸ਼ਕਣ ਲੱਗ ਜਾਇਆ ਕਰਦੇ ਰਹੇ ਇਕਾਂਤ ਏਕ ਚੋ ਬਾਰੇ ਇੱਕ ਚੋ ਬਾਰੇ ਵਿੱਚ ਇਕਾਂਤ ਨਿਆ ਕਰਦੇ ਵਾਹਿਗੁਰੂ ਪਰਮੇਸ਼ਰ ਧਿਆਨ ਜੋੜੀ ਰੱਖਿਆ ਕਰਦੇ ਸਨ ਨਿਮਰ ਭਇਓ ਨਹਿ ਕਿਸਹਿ ਅਗਾਰੀ ਤੇ ਇਹ ਆਪਣੇ ਧਿਆਨ ਵਿੱਚ ਮਸਤ ਜਾਂ ਤੇ ਕਦੇ ਕਿਸੇ ਅਗੇ ਝੁਕਦੇ ਨਹੀਂ ਸੀ ਨੀਵੇਂ ਨਹੀਂ ਹੁੰਦੇ ਸੀ ਅਹੂ ਬ੍ਰਹਮ ਔਰ ਮਹ ਦਿਢ ਭਾਰੀ ਇਹਨਾਂ ਦੇ ਮਨ ਵਿੱਚ ਸੀ ਅਹੂ ਬ੍ਰਹਮ ਕੇ ਮੈਂ ਬ੍ਰਹਮ ਰੂਪ ਹਾਂ ਇਉਂ ਅੰਦਰੋਂ ਇਹ ਬ੍ਰਹਮ ਰੂਪ ਹੋਏ ਹੋਏ ਸੰਤ ਮਨ ਵਿੱਚ ਸੀ ਕਿ ਮੈਂ ਪਰਮੇਸ਼ਰ ਦਾ ਰੂਪ ਉਹਦੇ ਵਿੱਚ ਜੁੜਿਆ ਹੋਇਆ ਮੈਨੂੰ ਕਿਸੇ ਅਗੇ ਝੁਕਣ ਦੀ ਲੋੜ ਨਹੀਂ ਹੈ ਅਨਜ ਮੋਹਰੀ ਸੁਮਤ ਮਹਾਨੇ ਪਰ ਜਿਹੜੇ ਛੋਟੇ ਭਰਾਤਾ ਸਨ ਇਹਨਾਂ ਦੇ ਮੋਹਰੀ ਜੀ ਉਹ ਬਹੁਤ ਸਿਆਣੇ ਹੋਏ ਨੇ ਪਿਤਾ ਬਾਗ ਸਾਦਰ ਜਨ ਮਾਨੇ ਪਿਤਾ ਦੇ ਬਚਨ ਸਤਕਾਰ ਦੇ ਸਹਿਤ ਮੰਨੇ 모ਹਰੀ ਨੇ ਦੋਹਰਾ ਜਗ ਸਾਗਰ ਕੋ ਤਾਰ ਬੇ ਸੰਸਾਰ ਨੂੰ ਤਾਰਨ ਵਾਸਤੇ ਸਗਰੀ ਸੰਗਤ ਪਾਰ ਸਾਰੀ ਸੰਗਤ ਨੂੰ ਪਾਰ ਲਾਉਣ ਲਈ ਭਇਓ 모ਹਰੀ 모ਹਰੀ ਤੋਂ ਮਹਾਰਾਜ ਦੇ ਪੁੱਤਰ ਏ ਮੋਹਰੀ ਜੀ ਸਾਰਿਆਂ ਤੋਂ ਮੂਰੇ ਮੋਹਰੀ ਪੁੱਤ ਸਨਮੁਖ ਹੋਇਆ ਸਾਰਿਆਂ ਤੋਂ ਮੂਰੇ ਹੋ ਗਏ ਥਾਨਮਹਾ ਉਪਕਾਰ ਬੜਾ ਭਾਰੀ ਪਰਉਪਕਾਰ ਕੀਤਾ ਹੈ ਚਉਪਈ ਦਵੈ ਬਸੰਤ ਸੰਮਤ ਬਸੰਤ ਸੰਮਤ ਹੋਇਆ ਇੱਕ ਰਸ ਇੱਕ ਰਸ ਬੀਤ ਦੋ 22 ਸਾਲ ਜੋ ਹੈ ਪੰਜ ਮਾਸ ਅਰ ਦਿਵਸ ਇਕਾਦਸ ਪੰਜ ਮਹੀਨੇ ਤੇ 11 ਦਿਨ ਗੁਰਤਾ ਗਾਦੀ ਕੀਨ ਆਬਾਦੀ ਗੁਰਤਾ ਗੀ ਗਾਦੀ ਨੂੰ ਆਬਾਦ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ ਗਨੁਰ ਦਈ ਗਿਆਨ ਕੀ ਸ਼ਾਦੀ ਬਹੁਤ ਲੋਕਾਂ ਨੇ ਗਿਆਨ ਦੀ ਖੁਸ਼ੀ ਬਖਸ਼ ਕੀਤੀ ਬ੍ਰਹਮ ਗਿਆਨ ਦੀ ਗੁਰੂ ਸਾਹਿਬ ਨੇ 16 ਸਤ 1 31 ਫਿਰ ਫਿਰ 1600 ਤੇ 31 ਵਿਕਰਮੀ ਵਿੱਚ ਭਾਦੋਂ ਸੁਦ ਪੂਰਨਮਾਹੀਰ ਭਾਦੋਂ ਸੁਦੀ ਪੂਰਨਮਾਸ਼ੀ ਦਾ ਦਿਨ ਦੇਖ ਲਓ ਤਨਕ ਤਜ ਬੈ ਕੁੰਠ ਸੁਧਾਰੇ ਸਰੀਰ ਨੂੰ ਤਿਆਗ ਕਰਕੇ ਸੱਚਖੰਡ ਗਮਨ ਕੀਤਾ ਤੀਜੇ ਪਾਤਸ਼ਾਹ ਨੇ ਹਮਸੇ ਜਿੰਨ ਬਹੁ ਪਤ ਤ ਉਧਾਰੇ ਅਬੀ ਜੀ ਕਹਿੰਦੇ ਸਾਡੇ ਵਰਗੇ ਬਹੁਤ ਪਾਪੀਆਂ ਦਾ ਉਧਾਰ ਕੀਤਾ ਅਮਰਦਾਸ ਸਤਗੁਰਾਂ ਨੇ 100 ਖਸ਼ਟ ਬਰਖ ਬੈ ਲਹੀ ਤੋ ਸਤਿਗੁਰੂ ਅਮਰਦਾਸ ਮਹਾਰਾਜ ਦੀ 100 ਤੇ 6 ਸਾਲ ਦੀ ਉਮਰ ਹੋਈ ਐ ਸੰਮਤ ਖਸ਼ਟ ਔਰ ਥੀ ਰਹੀ ਤੇ ਅਜੇ 6 ਸਾਲ ਮਹਾਰਾਜ ਦੀ ਉਮਰ ਹੋਰ ਸੀ ਗੁਰਤਾ ਸਿਹਤ ਦਈ ਹਰ ਖਾਏ ਖੁਸ਼ ਹੋ ਕੇ ਨਾਲ ਗੁਰਤਾ ਗੰਦੀ ਬਖਸ਼ਿ ਗੁਰੂ ਰਾਮਦਾਸ ਨੂੰ ਨਾਲੇ 6 ਸਾਲ ਦੀ ਉਮਰ ਮਾੜਨੇ ਆਪਣੀ ਬਖਸ਼ ਦਿੱਤੀ ਸੀ ਸ੍ਰੀ ਗੁਰੂ ਰਾਮਦਾਸ ਬਿਠਾਏ ਸਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੰਦੀ ਤੇ ਬਿਠਾਇਆ ਲਗਪਰ ਮਹ ਛਤਰੀ ਹਰਦਾਸ ਤੇ ਜੋ ਰਾਮਦਾਸ ਸਤਿਗੁਰੂ ਰੂਹੀ ਹੋਏ ਸੋ ਹਰਦਾਸ ਜੀ ਖੱਤਰੀ ਵੰਸ਼ ਵਿੱਚ ਲਾਹੌਰ ਵਿੱਚੋਂ ਹੋਏ ਹਨ ਮਹਾ ਸ਼ਸ਼ੀਲ ਸੁਕ੍ਰਿਤਨ ਰਾਸ ਤੋਂ ਪੁੰਨਾ ਦੇ ਪੁੰਜੀ ਸਨ ਬੜੇ ਹੀ ਇਸ ਪ੍ਰਕਾਰ ਕੋਮਲ ਸੁਭਾਅ ਵਾਲੇ ਸਨ ਖੇਮਕੌਰ ਜਿਸ ਕੇ ਘਰਦਾਰ ਦਿਨਾਂ ਦੇ ਘਰ ਵਿੱਚ ਧਰਮ ਪਤਨੀ ਖੇਮਕੌਰ ਜੀ ਹੋਏ ਨੇ ਖਿਤਕਰ ਨਿਤ ਪਤ ਬ੍ਰਤ ਪ੍ਰਤ ਪਾਰਾ ਬੜੇ ਪ੍ਰੇਮ ਦੇ ਸਹਤ ਪਤੀ ਵਰਤਾ ਧਰਮ ਨੂੰ ਪਾਲਿਆ ਉਹਨਾਂ ਨੇ ਤਿੰਤੇ ਉਤਪਤ ਭਏ ਸੁਨੰਦ ਉਹਨਾਂ ਤੋਂ ਜੋ ਸੁਪੁੱਤਰ ਪੈਦਾ ਹੋਏ ਸ੍ਰੀ ਗੁਰੂ ਰਾਮਦਾਸ ਕੁਲ ਚੰਦ ਤਨ ਸ੍ਰੀ ਗੁਰੂ ਰਾਮਦਾਸ ਕੁਲ ਦੇ ਚੰਦ ਮਾ ਸ੍ਰੀਖੇ ਹੋਏ ਭਏ ਜੋ ਕੁਲ ਭੱਲੇਨ ਕੇ ਭੂਖਨ ਜੋ ਭੱਲਿਆਂ ਦੀ ਕੁਲ ਦੇ ਗਹਿਣਾ ਰੂਪ ਹੋਏ ਭਾਨੀ ਤਨ ਕੀ ਸੁਤਾ ਅਦੁਖਨ ਗੁਰੂ ਅਮਰਦਾਸ ਦੇ ਸੁਪਤਰੀ ਬੀਬੀ ਭਾਨੀ ਜੀ ਜੋ ਹੋਏ ਛੋਡੀ ਬੰਸਚੰਦ ਕਹੋ ਵਿਆਹੀ ਛੋਡੀ ਬੰਸ ਨੇ ਚੰਦਰਮਾ ਸਣਪ ਗੁਰੂ ਰਾਮਦੇਵ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਰਹੀ ਜੋ ਬਹੁ ਪਿਤ ਕੇ ਢਿਗ ਚਾਹੀ ਬੜੀ ਇੱਛਾ ਕਰਕੇ ਬੀਬੀ ਭਾਨੀ ਜੀ ਪਿਤਾ ਜੀ ਦੇ ਪਾਸ ਹੀ ਰਹੀ ਸੀ ਗੋਇੰਦਵਾਲ ਪੁਰੀ ਬਖਿਆਤੀ ਗੋਇੰਦਵਾਲ ਪੁਰੀ ਜੋ ਪ੍ਰਗਟ ਹੀ ਹੈ ਤਹਾਂ ਬਸਤ ਬੀਤੇ ਦਿਨ ਰਾਤੀ ਦਿਨ ਰਾਤ ਉਥੇ ਹੀ ਬਸ ਕਰਕੇ ਗੁਜਰਦਾ ਸੀ ਤੀਨ ਪੁੱਤਰ ਉਪਜੇ ਤਿੰਨ ਕੇਰੇ ਤਿੰਨ ਸੁਪੁੱਤਰਾਂ ਦਾ ਜਨਮ ਹੋਇਆ ਬੀਬੀ ਭਾਨੀ ਜੀ ਦੇ ਘਰ ਸ੍ਰੀ ਅਰਜਨ ਪ੍ਰਥੀਆ ਸੋ ਬਡੇਰੇ ਤ੍ਰਿਤੀ ਵੱਡੇ ਹੋਏ ਨੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਛੋਟੇ ਤ੍ਰਿਤੀਏ ਮਹਾਦੇਵ ਜਿਹੇ ਨਾਮ ਤੀਜੇ ਸੰਜਣਾ ਦਾ ਨਾਮ ਮਹਾਦੇਵ ਜੀ ਸੀ ਮਹਾ ਗੰਭੀਰ ਧੀਰ ਅਬਰਾਮ ਬੜੇ ਗੰਭੀਰ ਧੀਰ ਜਿ ਧਾਰੀ ਸਨ ਸ੍ਰੀ ਗੁਰੂ ਰਾਮਦਾਸ ਜਗ ਭਾਯੋ ਜਗਤ ਨੂੰ ਭਾਇਆ ਚੰਗੇ ਲੱਗੇ ਗੁਰੂ ਰਾਮਦਾਸ ਮਹਾਰਾਜ ਗੁਣ ਅਨੇਕ ਜੁਤ ਤਖਤ ਸੁਹਾਇਓ ਅਨੇਕ ਗੁਣਾ ਦੇ ਸਮੇਤ ਗੁਰਤਾ ਗੰਦੀ ਦੇ ਤਖਤ ਤੇ ਸੋਭਨੀਕ ਹੋਏ ਸੰਮਤ ਖਸ਼ਟ 11 ਮਾਸ 6 ਸਾਲ ਤੇ 11 ਮਹੀਨੇ ਦਿਵਸ 8 10 ਸ੍ਰੀ ਸੁਖ ਰਾਸ ਤੇ 18 ਦਿਨ ਸੁਖਾਂ ਦੇ ਖਜ਼ਾਨੇ ਗੁਰੂ ਪਾਤਸ਼ਾਹ ਜੀ ਗੁਰਤਾ ਗਾਦੀ ਪਰਥਿਤ ਰਹੇ ਗੁਰਤਾ ਗੰਦੀ ਤੇ ਬਰਾਜਮਾਨ ਰਹੇ ਮਹਾਰਾਜ ਜੀ ਜਿਨ ਤੇ ਅਨਕ ਦਾਸ ਗਤ ਲਹੇ ਜਿਨ੍ਹਾਂ ਗੁਰੂ ਰਾਮਦਾਸ ਮਹਾਰ ਅਨੇਕ ਸੇਵਕਾ ਗੁਰਸਿੱਖ ਨੇ ਮੁਕਤੀ ਪ੍ਰਾਪਤ ਕੀਤੀ 1678 38 ਸਾਲ 1638ਵਾਂ ਸਾਲ ਬਿਕਰਮੀ ਸੀ ਭਾਦੋਂ ਸੁਦੀ ਤੀਜ ਗੁਰਦਿਆਲ ਦਿਆਲੂ ਸਦਿ ਭਾਦਰੋਂ ਸੁਨੀ ਤੀਜ ਵਾਲੇ ਦਿਨ ਤਜ ਸਰੀਰ ਬੈਕੁੰਠ ਪਧਾਰੇ ਸਰੀਰ ਨੂੰ ਤਿਆਗ ਕਰਕੇ ਸੱਚਖੰਡ ਗਮਨ ਕੀਤਾ ਸ੍ਰੀ ਅਰਜਨ ਜੀ ਤਖਤ ਬਿਠਾਰੇ ਹਨ ਸਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਛੋਟੇ ਸਹਿਬਜਾਦਾ ਜੀ ਨੂੰ ਗੁਰਤਾ ਦੇ ਤਖਤ ਤੇ ਬਿਠਾਇਆ ਪੁਨ ਛੋਡਨ ਕੁੱਲ ਮਹ ਗੁਰ ਆਈ ਫਿਰ ਛੋਡੀ ਕੁੱਲ ਵਿੱਚ ਹੀ ਜੋ ਗੁਰਤਾ ਗੱਦੀ ਹੋਤ ਭਏ ਗੁਰਦਸ ਮੇ ਤਾਈ ਦਸਵੇਂ ਪਾਤਸ਼ਾਹ ਤੱਕ ਚੌਥੇ ਪਾਤਸ਼ਾਹ ਤੱਕ ਲੈ ਕਰਕੇ ਇਹ ਗੁਰਿਆਈ ਗੰਧੀ ਛੋਡੀ ਵੰਸ ਵਿੱਚ ਰਹੀ ਹੈ ਪੰਚਮ ਪਾਤ ਸਾਹਿਬ ਜਦ ਭਏ ਪੰਜਵੇਂ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਹੋਏ ਤਾਲ ਸੁਦਾਸੁਰ ਤਦ ਨਿਰਮਈ ਉਹਨਾਂ ਨੇ ਸੁਦਾਸਰ ਸੁਦਾ ਅੰਮ੍ਰਿਤ ਦਾ ਤਾਲ ਸਰੋਵਰ ਜਿਹੜਾ ਅੰਮ੍ਰਿਤ ਸਰ ਦਾ ਲਾਇਆ ਬੀੜ ਗ੍ਰੰਥ ਸਾਹਿਬ ਕੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਅਸੀਂ ਬੀੜ ਤਿਆਰ ਹੋਈ ਜਿਸ ਪੜ੍ਹ ਕੇ ਗਤ ਲਹਿ ਸਭ ਕੋਈ ਜਿਸ ਬਾਣੀ ਨੂੰ ਪੜ੍ਹ ਕਰਕੇ ਸਭ ਕੋਈ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਗੰਗਾ ਨਾਮ ਭਾ ਜਾ ਵਿਆਹੀ ਉਹਨਾਂ ਦੇ ਘਰ ਮਾਤਾ ਗੰਗਾ ਜੀ ਜੋ ਹੈ ਉਹਨਾਂ ਧਰਮ ਪਤਨੀ ਵਿਆਹ ਹੋਇਆ ਸਾਧਵੀ ਕੇ ਗੁਣ ਸਭ ਜਿਸ ਮਾਹੀ ਜਿਨ੍ਹਾਂ ਵਿੱਚ ਸਤ ਤਨਮ ਦੇ ਸੁਭ ਗੁਣ ਹਨ ਨੰਦਨ ਉਪਜੋ ਇਕ ਕੁਲ ਚੰਦ ਕੁਲ ਦਾ ਚੰਦਰਮਾ ਰੂਪ ਇੱਕੋ ਸੁਪੁੱਤਰ ਜੋ ਹੈ ਉਸ ਦਾ ਜਨਮ ਹੋਇਆ ਵੱਡ ਧਨ ਧਰ ਧਨ ਧਰ ਬੱਡ ਧਨ ਧਰ ਸ੍ਰੀ ਹਰਿ ਗੋਵਿੰਦ ਧਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਧਨ ਨੂੰ ਧਾਰ ਧਨਕ ਬਾਣ ਨੂੰ ਧਾਰਨ ਵਾਲੇ ਮਹਾਰਾਜ ਹੋਏ ਨੇ ਧੀਰ ਧਰਮ ਤੁਵਜ ਸ੍ਰੀ ਗੁਰ ਅਰਜਨ ਧਨ ਸ੍ਰੀ ਗੁਰੂ ਅਰਜਨ ਧਰਮ ਤੁਜਾ ਅਰਜਨ ਹਰ ਪੰਗਤ ਧੀਰਜ ਨੂੰ ਧਾਰਨ ਵਾਲੇ ਮੇਰੇ ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਬਿਸਤਰਿਤ ਬਿਸਤਰਿਤ ਵਸਤ੍ਰਿਤ ਜਿਤ ਕਿਤ ਜਸ ਅਰਜਨ ਵਸਤ੍ਰਿਤ ਜਿੱਥੇ ਕਿਤੇ ਧੰਨ ਗੁਰੂ ਅਰਜਨ ਦੇਵ ਜੀ ਦਾ ਜਸ ਪ੍ਰਗਟ ਹੋਇਆ ਜਗ ਕਰਤਬ ਕਰੇ ਸੁਭ ਭਾਰੇ ਬਣ ਬਣੇ ਸੰਸਾਰ ਵਿੱਚ ਭਾਰੇ ਜਿਹਨੇ ਕੰਮ ਕੀਤੇ ਸਤਿਗੁਰਾਂ ਨੇ ਭਗਤ ਵਿਥਾਰ ਅਨਕ ਜਨ ਤਾਰੇ ਭਗਤੀ ਦਾ ਵਿਸਥਾਰ ਕੀਤਾ ਅਨੇਕ ਜਨ ਪ੍ਰੇਮੀਆਂ ਗੁਰਸਿੱਖਾਂ ਦਾ ਪਾਰੋਤਾਰਾ ਕੀਤਾ ਸਤਿਗੁਰਾਂ ਨੇ ਵਿਸੰਤ ਚਤੁਰਬਰਖ ਨਬ ਮਾਸ ਉਹ ਕੰਦੇ ਵਿੰਸਤ ਚਤਰ 24 ਸਾਲ ਤੇ 9 ਮਹੀਨੇ ਇੱਕ ਦਿਨ ਉੱਪਰ ਸ੍ਰੀ ਸੁਖਰਾਸ ਤੇ ਇੱਕ ਦਿਨ ਉੱਪਰ ਕਰਕੇ ਸੁੱਖਾਂ ਦੇ ਖਜ਼ਾਨੇ ਗੁਰੂ ਸਾਹਿਬ ਨੇ ਗੁਰਤਾ ਲਹਿ ਸਰੀਰ ਕੋ ਉਤਾਰਾ ਉਸ ਪ੍ਰਕਾਰ ਗੁਰਤਾ ਗੱਦੀ ਨੂੰ ਪ੍ਰਾਪਤ ਕੀਤਾ ਸ੍ਰੀ ਧਾਰ ਕੇ ਕੁਨਹਿ ਚਾਹਿਓ ਸੱਚਖੰਡ ਸੁਧਾਰਾ ਫਿਰ ਮਹਾਰਾਜ ਸੱਚਖੰਡ ਪਿਆਨਾ ਕਰਨਾ ਚਾਹਿਆ ਮਹਾਰਾਜ ਨੇ ਦੋਹਰਾ ਖੋੜਸ ਸਤ ਤ੍ਰਿ ਤ੍ਰੇ 63 ਅਦਕ ਜੇਸ਼ਟ ਮਾਸ ਮਹਾਨ ਜੋ ਜੇਠ ਦਾ ਮਹੀਨਾ ਸੀ 1663 ਦਾ ਦਿਨ ਸੀ ਚੁੱਧ ਸੁਦੀ ਚੌਥ ਦਿਨ ਮਹ ਗੁਰੂ ਕੀਨ ਬੇਕੁੰਠ ਪਿਆਨ ਤੋ ਜੇਠ ਦੀ ਚੌਥ ਨੂੰ ਮੇਰੇ ਸਤਿਗੁਰੂ ਜੀ ਨੇ ਸੋ ਸਚਖੰਡ ਪਿਆਨਾ ਕੀਤਾ ਇਹਨੂੰ ਨਿਮਾਣੀ ਉਹਦੇ ਵੀ ਕਹਿੰਦੇ ਹਨ ਚੌਪਈ ਪੁਨ ਸ੍ਰੀ ਹਰਿ ਗੋਵਿੰਦ ਗੁਰ ਹੋਏ ਫਿਰ ਤਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਰੂਪ ਹੋਏ ਜੀ ਪ੍ਰਭ ਪੀਰੀ ਅਰ ਮੀਰੀ ਦੋਏ ਤੇ ਪੀਰੀ ਤੇ ਮੀਰੀ ਮੇਰੇ ਸਤਿਗੁਰਾਂ ਨੇ ਦੋਨੋਂ ਧਾਰਨ ਕੀਤੀਆਂ ਜਨਮ ਲੀਨ ਜਹਗ੍ਰਾਮ ਵਡਾਲੀ ਜਿਨ੍ਹਾਂ ਨੇ ਵਡਾਲੀ ਨਗਰ ਦੇ ਵਿੱਚ ਅਵਤਾਰ ਧਾਰਿਆ ਬਲੀ ਮਹਿਦ ਤਨ ਡੀਲ ਵਿਸਾਲੀ ਸਰੀਰ ਬਹੁਤ ਡੀਲ ਤਗੜਾ ਸੀ ਮਹਾਰਾਸ਼ੀਵੇਂ ਪਾਤਸ਼ਾਹੀ ਦਾ ਬਹੁਤ ਬਲੀ ਮਹਨਾਦਨ ਸਰੀਰਸੀ ਤਾਰਾ ਤੀਨ ਸੁਸੀਲਾ ਵਿਆਹੀ ਤਿੰਨ ਸੁਸ਼ੀਲ ਧਰਮ ਪਤਨੀਆਂ ਨਾਲ ਸ਼ਾਦੀ ਹੋਈ ਇਹਨਾਂ ਦੀ ਇੱਕ ਦਾ ਮੋਦਰੀ ਦੁੱਤੇ ਦੁੱਤੇ ਮਰਵਾਹੀ ਪਹਿਲੇ ਇਸ ਦਮੋਦਰੀ ਜੀ ਹੋਏ ਨੇ ਫਿਰ ਮਰਵਾਹੀ ਜੀ ਹੋਏ ਹਨ ਨਾਮ ਨਾਨਕੀ ਤ੍ਰਿਤਿਆ ਕੇਰਾ ਇਹ ਤੀਸਰੇ ਸਾਡੇ ਜਗਤ ਮਾਤਾ ਨਾਮ ਨਾਨਕੀ ਜੀ ਹੋਇਆ ਹੈ ਮਨ ਸਿਮਰਤ ਜਨ ਅਨੰਦ ਕਨੇਰਾ ਜਿਨ ਅੰਧਾ ਸਿਮਨ ਕਨੇ ਬੜਾ ਭਾਰੀ ਆਨੰਦ ਹੁੰਦਾ ਮਨ ਨੂੰ ਇਹ ਮਾਤਾ ਨਾਨਕੀ ਜੀ ਜਿਹੜੇ ਇਹ ਹੋਰ ਨੇ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਬੇਬੇ ਭੈਣ ਜੀ ਹੋਏ ਨੇ ਇਹ ਨਾਨਕੀ ਜੀ ਹੋਏ ਨੇ ਬਾਬੇ ਬਕਾਲੇ ਤੋਂ ਜਿਨ੍ਹਾਂ ਦੀ ਸ਼ਾਦੀ ਹਰਗੰਨ ਪਾਤਸ਼ਾਹ ਸਤਗੁਰਾਂ ਨਾਲ ਹੋਈ ਹੈ ਪੰਜ ਪੁੱਤਰ ਇੰਤੇ ਉਤਪਤਾ ਉਹ ਕਹਿੰਦੇ ਨੇ ਪੰਜ ਸਹਿਬਜ਼ਾਦਿਆਂ ਦਾ ਜਨਮ ਹੋਇਆ ਇਹਨਾਂ ਤੋਂ ਜੇਠੋ ਸ੍ਰੀ ਬਾਬਾ ਗੁਰਦਿੱਤਾ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ ਸੂਰਜਮਲ ਅਰ ਅਣੀ ਰਾਏ ਭਨ ਤੋ ਕਹਿੰਦੇ ਨੇ ਸੂਰਜਮਲ ਹੋਏ ਫਿਰ ਅਣੀ ਰਾਏ ਜੀ ਹੋਏ ਤੀਜੇ ਅਟਲ ਰਾਏ ਬ੍ਰਹਮ ਗਿਆਨ ਸਬਨ ਮਨ ਤੇ ਅਟਲ ਬਾਬਾ ਟਾਲ ਜੀ ਜਣੇ ਹੋਏ ਨੇ ਬ੍ਰਹਮ ਗਿਆਨ ਸੀ ਮਨ ਵਿੱਚ ਜਿਹਨਾਂ ਦੇ ਪੰਚਮ ਭੇ ਸਿਰ ਤੇਗ ਬਹਾਦਰ ਪੰਜਵੇਂ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਅਟੱਲ ਜੀ ਦਾ ਸਥਾਨ ਅਮਰਸਰ ਵਿੱਚ ਜਿਹੜਾ ਬਣਿਆ ਹੋਇਆ ਹੈ ਤੋਂ ਇਹ ਬਾਬਾ ਅਟੱਲ ਜੀ ਹੋਏ ਹਨ ਨਿਕਟ ਬਿਠਾ ਮਹਿ ਜਿੰ ਪਿਤ ਸਾਦਰ ਸਤਕਾਰ ਦੇ ਸਹਤ ਤੇਗ ਬਹਾਦਰ ਸਾਹਿਬ ਜੀ ਸਾਹਿਬ ਜਾਦੇ ਨੂੰ ਸ਼ੇਮੇ ਪਾਸ਼ਾ ਸਤਕਾਰ ਨਾਲ ਕੋਡ ਮਿਠਾਇਆ ਕਰਦੇ ਸ੍ਰੀ ਗੁਰ ਹਰਗੋਬਿੰਦ ਸੰਮਸ਼ੇਰ ਤਨ ਮਨੇ ਸ੍ਰੀ ਗੁਰ ਹਰਗੋਬਿੰਦ ਪਾਸ਼ਾ ਸ਼ੇਰ ਵਰਗਾ ਸਰੂਪ ਸੀ ਜਣਾਂ ਦਾ ਕੁੱਤੇ ਤੁਰਕ ਤੁਰਕ ਗਨ ਗਹਿ ਸਮਸ਼ੇਰ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਮਸ਼ੇਰ ਪਕੜ ਕਰਕੇ ਜੋ ਤੁਰਕ ਲੋਕ ਸਨ ਬਹੁਤ ਹੀ ਜ਼ਾਲਮ ਗਨ ਦਾਸਨ ਕੇ ਕਾਰ ਸੁਧਾਰੇ ਬਨਾਸ਼ ਕੀਤਾ ਉਹਨਾਂ ਦਾ ਤੇ ਸੇਵਕਾਂ ਦੇ ਕਾਰਜ ਸਵਾਰੇ ਮਹਾਰਾਜ ਨੇ ਜਗ ਮਹਿ ਕੀਰਤ ਬਹੁ ਵਿਸਤਾਰੇ ਸੰਸਾਰ ਵਿੱਚ ਬਹੁਤ ਜਸ ਫਲਾਇਆ ਸਤਿਗੁਰਾਂ ਦਾ ਇਕਤ ਰੰਗ ਸਤ ਸੰਮਤ ਦਸ ਮਾਸ ਇਸ ਪ੍ਰਕਾਰ ਸੋ ਇਕਤ੍ਰਿੰਤਾ ਹਾਂਜੀ ਸੋ ਮਤਲਬ ਇਹ ਆਪੀ ਸੋ ਇਹ 31 ਸਾਲ ਤੇ ਉੱਪਰ ਜਿਹੜੇ ਮਹੀਨੇ ਦੱਸੇ ਹਨ ਖਟ ਦਿਨ ਗੁਰਤਾ ਥਿਤ ਸੁਖ ਰਾਸ ਤੇ 6 ਦਿਨ ਗੁਰਤਾ ਗੱਦੀ ਤੇ ਮਹਾਰਾਜ ਇਤਨਾ ਸਮਾਂ ਬੈਠੇ ਹਨ 31 ਸਾਲ ਤੇ ਕੁਝ ਮਹੀਨੇ ਇਸ ਤਰ੍ਹਾਂ ਦੇ ਨਾਲ 16 ਸਤਿ ਵਿਸਾ 16 ਸੋ ਤੇ 95 ਸਾਲ ਸੀ ਬਿਕਰਮੀ ਚੇਤ ਪੰਚਮੀ ਸੁਧੀ ਕਿਰਪਾਲ ਚੇਤ ਸੁਧੀ ਪੰਚਮੀ ਕਿਰਪਾਲੂ ਸਤਿਗੁਰੂ ਜੀ ਸੱਚਖੰਡ ਕੋ ਤਬਹਿ ਪਧਾਰੇ ਸੱਚਖੰਡ ਗਏ ਛੇਵੇਂ ਪਾਤਸ਼ਾਹ ਜੀ ਸ੍ਰੀ ਹਰ ਰਾਏ ਤਖਤ ਬਿਠਾਰੇ ਧੰਨ ਸ੍ਰੀ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਦੇ ਤਖਤ ਤੇ ਬਰਾਜਮਾਨ ਕੀਤਾ ਕੀਰਤਪੁਰ ਸਾਹਿਬ ਚ ਸ੍ਰੀ ਬਾਬਾ ਗੁਰਦਤਾ ਰੂਪ ਧੰਨ ਬਾਬਾ ਗੁਰਦਤਾ ਜੀ ਸੁੰਦਰ ਰੂਪ ਵਾਲੇ ਵਿਆਹੀ ਨੇਤੀ ਨਾਮ ਅਨੂਪ ਮੁਕਮਾ ਤੋਂ ਰਹਤ ਮੇਬੀ ਨੇਤੀ ਜੀ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ ਦਵੈ ਸੁਤ ਇੰਤੇ ਉਤਪਤ ਹੋਏ ਉਹਨਾਂ ਦੇ ਦੋਸ ਪੁੱਤਰ ਹੋਏ ਨੇ ਬਾਬਾ ਗੁਰਦਿੱਤਾ ਜੀ ਦੇ ਸ੍ਰੀ ਹਰ ਰਾਏ ਧੀਰਮਲ ਦੋਏ ਸ੍ਰੀ ਹਰ ਰਾਏ ਸਾਹਿਬ ਜੀ ਤੇ ਧੀਰਮਲ ਜੀ ਦੋ ਹੋਏ ਨੇ ਟਿਕਿਓ ਪਿਤਾ ਮੇ ਤੇ ਗੁਰ ਪੋਤਾ ਤੂੰ ਦਾਦੇ ਤੂੰ ਇਹ ਪੋਤਾ ਜਿਹੜਾ ਹੈ ਗੁਰਗੱਦੀ ਤੇ ਬੈਠਾ ਹੈ ਦੀਨ ਦੁਨੀ ਥੰਬ ਭਾਰ ਖਲੋਤ ਦੀਨ ਦੁਨੀਆ ਦਾ ਭਾਰ ਥੰਮ ਖੜੇ ਹੋਏ ਮਹਾਰਾਜ ਸਦਵੇਂ ਪਾਤਸ਼ਾਹ ਕੀਰਤਪੁਰ ਮਹਿ ਜਨਮ ਭਇਓ ਹੈ ਕੀਰਤਪੁਰ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਅਵਤਾਰ ਮਹਾਰਾਜ ਸਦਵੇਂ ਪਾਤਸ਼ਾਹ ਦਾ ਸ੍ਰੀ ਹਰਿ ਰਾਏ ਗੁਰੂ ਸੋਥਿਓ ਹੈ ਉਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਇਸ ਪ੍ਰਕਾਰ ਜੋ ਗੁਰੂ ਹੋਏ ਬਹੁ ਦਾਸਨ ਕੋ ਕਾਰ ਬਖਸ਼ੀਸ਼ ਬਹੁਤ ਸੇਵਕਾਂ ਨੂੰ ਬਖਸ਼ਿਸ਼ਾਂ ਕੀਤੀਆਂ ਸਤਗੁਰਾਂ ਨੇ ਕੁੱਤੇ ਰੰਕ ਜੇ ਭਏ ਮਹਿ ਇਸ ਜਿਹੜੇ ਗਰੀਬ ਕੰਗਾਲ ਲੋਕ ਸਨ ਉਹ ਰਾਜੇ ਬਣਾਏ ਮਹਾਰਾਜ ਨਾਭੇ ਤੇ ਪਟਿਆਲੇ ਦੇ ਰਾਜੇ ਜਿਹੜੇ ਹੋਏ ਐ ਇਹ ਵਿਚਾਰੇ ਭੁੱਖੇ ਢਿੱਡ ਬਜਾਇਆ ਸੀ ਮਹਾਰਾਜ ਦੇ ਕੋਲ ਸਤਵੇਂ ਪਾਸ਼ਾ ਗਏ ਸੀ ਜਦੋਂ ਮਾਲਵੇ ਚ ਤਾਂ ਸਤਗੁਰਾਂ ਨੇ ਬਖਸ਼ਿਸ਼ ਕਰਕੇ ਇਹ ਵਰ ਦਿੱਤਾ ਸੀ ਇਹਨਾਂ ਨੂੰ ਤੇ ਰਾਜੇ ਹੋਏ ਫਿਰ ਇਥੋਂ ਦੇ ਨਾਭੇ ਤੇ ਪਟਿਆਲੇ ਦੇ ਵਿਆਹੀ ਮਹਿਲਾ ਅਸ਼ਟ ਮਹਾਨੀ ਤੇ ਮੇਰੇ ਸਤਗੁਰੂ ਪਾਤਸ਼ਾਹ ਜੀ ਦੇ 8 ਜੜੀਆਂ ਨੇ ਬੀਬੀਆਂ ਨਾਲ ਸ਼ਾਦੀ ਹੋਈ ਸੀ ਇਹ ਰਾਜਾ ਰਾਮ ਆ Rajasthan ਦਾ ਰਾਜਾ ਸੀ ਸਾਰੇ ਪਰਿਵਾਰ ਨੂੰ ਲੈ ਕੇ ਆਇਆ ਸੀ ਦਰਸ਼ਨ ਕਰਨ ਮਹਾਰਾਜ ਦਾ ਸਰੂਪ ਦਰਸ਼ਨ ਕਰਕੇ ਉੱਥੇ ਇਹਨਾਂ ਦੀਆਂ ਬੱਚੀਆਂ ਨੇ ਇੱਛਾ ਪ੍ਰਗਟ ਕੀਤੀ ਮਹਾਰਾਜ ਨਾਲ ਸ਼ਾਦੀ ਕਰਨ ਦੀ ਇਸ ਤੀ ਕਦੇ ਨਾਲ ਮਹਾਰਾਜ ਦੀਆਂ ਸ਼ਾਦੀਆਂ ਹੋਈਆਂ ਸਨ ਕਿਸ਼ਨ ਕੋਇਰ ਕੋਟ ਕਲਿਆਣੀ ਇੱਕ ਦਾ ਨਾਮ ਕਿਸ਼ਨਕੌਰ ਤੇ ਕੋਟ ਕਲਿਆਣੀ ਜੀ ਹੋਏ ਧੋਖੀ ਅਪਰ ਅਨੋਖੀ ਨੀਕੀ ਧੋਖੀ ਤੇ ਅਨੋਖੀ ਜੀ ਬੜੇ ਸੁੰਦਰ ਸਰੂਪ ਵਾਲੇ RAM ਕੋਇਰ ਅਰ ਨਾਮ ਲਾਡੀ ਕੀ ਇੱਕ ਦਾ ਨਾਮ ਲਾਡੀ ਸੀ ਇਸ ਪ੍ਰਕਾਰ ਤੇ ਰਾਮਕੌਰ ਜੀ ਹੋਏ ਸਤ ਸप्तम ਹੈ ਸ੍ਰੀ ਪ੍ਰੇਮ ਕੁਮਾਰੀ ਪ੍ਰੇਮ ਕੁਮਾਰੀ ਸਤਮੀ ਦਾ ਨਾਮ ਹੈ ਅਸ਼ਟਮ ਚੰਦਰ ਚੰਦ ਕੋਇਰ ਸੁਖਕਾਰੀ ਅੱਠਵੇਂ ਚੰਦ ਕੌਰ ਜੀ ਹੋਏ ਨੇ ਬੜੇ ਸੁੱਖ ਪ੍ਰਾਪਤ ਕਰਨ ਵਾਲੇ ਦਵੈ ਸੁਤ ਸ੍ਰੀ ਹਰ ਰਾਏ ਉਪਾਏ ਪਰ ਸਤਗੁਰੂ ਸ੍ਰੀ ਗੁਰੂ ਸਤਵੇਂ ਪਾਤਸ਼ਾਹ ਦੇ ਘਰ ਵਿੱਚ ਦੋ ਪੁੱਤਰਾਂ ਦਾ ਜਨਮ ਹੋਇਆ ਇੱਥੇ ਮਹਾਂਪੁਰਖਾਂ ਨੇ ਖੁਲਾਸਾ ਕੀਤਾ ਇਹ ਅੱਠੇ ਪਹਿਣਾ ਸਨ ਸਤਗੁਰੂ ਦੇ ਚਰਨਾਂ ਵਿੱਚ ਦਰਸ਼ਨ ਦੀਦਾਰ ਕਰਕੇ ਸਿਰਫ ਦੋ ਮਾਤਾਵਾਂ ਸਾਡੀਆਂ ਨੇ ਇੱਛਾ ਪ੍ਰਗਟ ਕੀਤੀ ਪੁੱਤਰ ਦੀ ਬਾਕੀ ਦੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹ ਆਨੰਦਮਗਨ ਹੋ ਕਰਕੇ ਬ੍ਰਹਮ ਗਿਆਨ ਵਿੱਚ ਇਸ਼ਤਤ ਹੋ ਕਰਕੇ ਉਹਨਾਂ ਨੇ ਆਪਣਾ ਜੀਵਨ ਮੁਕਤੀ ਦਾ ਆਨੰਦ ਮਾਣਿਆ ਸੋ ਇਹਨੂੰ ਦੋ ਸਾਹਿਬ ਜਿਆਦੇ ਹੋਏ ਇਹਨਾਂ ਦੇ ਅੱਗੇ ਰਾਮ ਰਾਏ ਹਰ ਕ੍ਰਿਸ਼ਨ ਸੁਹਾਏ ਰਾਮ ਰਾਏ ਜੀ ਤੇ ਸ੍ਰੀ ਹਰ ਕ੍ਰਿਸ਼ਨ ਜੀ ਮਹਾਰਾਜ ਸੋਭਨੀ ਕੋ ਹੋਏ ਜਗ ਜਨਮ ਮੇ ਕੀਰਤਪੁਰ ਮਾਹੀ ਕੀਰਤਪੁਰ ਸਾਹਿਬ ਵਿੱਚ ਇਹਨਾਂ ਦਾ ਅਵਤਾਰ ਹੋਇਆ ਜਗਤ ਵਿੱਚ ਬ੍ਰਿਦੇ ਸਰੀਰ ਸੁਖਦ ਥਲ ਤਾਹੀ ਬੜੇ ਪਾਣੀ ਸੁਖ ਦੇਣ ਵਾਲੇ ਸਰੀਰ ਵਧੇ ਇਹਨਾਂ ਦੇ ਕੀਰਤਪੁਰ ਸਾਹਿਬ ਵਿੱਚ ਸੰਮਤ ਤ੍ਰੈ ਬਸੰਤ ਬਿੰਸਤ ਬਿੰਸਤ ਖਾਟਮਾਸ ਉਹ ਕਹਿੰਦੇ 20 ਤੇ 3 23 ਸਾਲ ਤੇ 6 ਮਹੀਨੇ ਦਿਵਸ 14 ਲੈ ਸੁਖ ਰਾਸ 14 ਦਿਨ ਕਹਿੰਦੇ ਸੁੱਖਾਂ ਦੇ ਖਜ਼ਾਨੇ ਜੀ ਗੁਰਤਾ ਗੱਦੀ ਪਰਥਿਤ ਰਹੇ ਗੁਰਿਆਈ ਗੱਦੀ ਤੇਸ ਮਹਾਰਾਜ ਜੀ ਟਿਕੇ ਰਹੇ ਸ੍ਰੀ ਹਰ ਰਾਏ ਦਾਸ ਦੁੱਖ ਦਹੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਸੇਵਕਾਂ ਦੇ ਦੁੱਖਾਂ ਨੂੰ ਦੂਰ ਕੀਤਾ ਸੰਮਤ 77 7 8 10 ਉਹ ਕਹਿੰਦੇ ਸੰਮਤ ਤੋ 1700 ਅਤੇ 18 ਜੋ ਸੀ ਕਤਕ ਵਦ ਨਮ ਨਵਮੀ ਮਹ ਸੁਖ ਬਸ ਤੇ ਕਤਕ ਵਦੀ ਨੌਮੀ ਜੋ ਸੁਖਾਂ ਦੇ ਸਹਿਤ ਆਈ ਸ੍ਰੀ ਹਰਿ ਕ੍ਰਿਸ਼ਨ ਤਖਤ ਗੁਰਿਆਈ ਤਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦੇ ਤਖਤ ਤੇ ਬਿਰਾਜਮਾਨ ਕੀਤਾ ਬੈਠੇ ਸਿਸ ਅਤ ਬੈਸ ਸੁਹਾਈ ਅਤਯੰਤ ਬਾਲ ਬਵਸਥਾ 5 ਕ ਸਾਲ ਦੀ ਉਮਰ ਵਿੱਚ ਗੁਰਿਆਈ ਪ੍ਰਾਪਤ ਕੀਤੀ 8ਵੇਂ ਪਾਤਸ਼ਾਹ ਜੀ ਨੇ ਦਿੱਲੀ ਮਹ ਗਮਨੇ ਕਿਸ ਹੇਤ ਕਿਸੇ ਕਾਰਨ ਕਰਕੇ ਦਿੱਲੀ ਵਿੱਚ ਗਏ ਸਨ ਤਹ ਤਨ ਆਗਿਓ ਕਿਰਪਾ ਨਕੇਤ ਕਿਰਪਾ ਦੇ ਖਜ਼ਾਨੇ ਸਤਗੁਰਾਂ ਨੇ ਦਿੱਲੀ ਵਿੱਚ ਜਾ ਕੇ 8ਵੇਂ ਪਾਤਸ਼ਾਹ ਨੇ ਆਪਣਾ ਪੰਜ ਪੁੱਤ ਕਚੌਣਾ त्यागਿਆ ਸੀ। ਜੁਗ ਸੰਮਤ ਅਰ ਪੰਜ ਮਹੀਨੇ 2 ਸਾਲ ਤੇ 5 ਮਹੀਨੇ ਦਾ ਸਮਾਂ ਦਿਨ 19 ਗੁਰਤਾ ਪਦ ਕੀਨੇ। ਫਿਰ 19 ਦਿਨ ਮਹਾਰਾਜ ਗੁਰਤਾ ਗੰਦੀ ਤੇ ਬਿਰਾਜਮਾਨ ਰਹੇ 8ਵੇਂ ਪਾਤਸ਼ਾਹ। ਦੋਹਰਾ ਸੰਮਤ 17 ਸੈਬਤੇ 17 ਜਿਹੜਾ ਸੰਮਤ ਮੀਤੇ ਆ ਗੁਜਰਿਆ। ਉਪਰ 20 1 ਇੱਕ ਉਤੋਂ ਕਹਿੰਦੇ ਇੱਕ ਜਿਹੜਾ ਸਾਲ ਹੈ। ਜਿਹੜਾ ਬਾਸਰ ਦਿਨ ਹੈ ਉਪਰ ਬੀਸਰ 1 ਉਪਰ ਬੀਸਰ ਤਬੀ ਤੇ ਇੱਕ ਜਿਹੜਾ ਹੈ ਉਪਰ ਚੇਤ ਸੁਦੀ 14 ਦਿਵਸ ਚੇਤ ਸੁਦੀ 14 ਤੇ 1721 ਵਿਕਰਮੀ ਬਣਦਾ ਹੈ ਸ੍ਰੀ ਗੁਰ ਜਲਦ ਵਿਵੇਕ ਸਤਿਗੁਰੂ ਪਾਤਸ਼ਾਹ ਜੀ ਜਲਦ ਵਿਵੇਕ ਜੋ ਵਿਵੇਕ ਗਿਆਨ ਦੇ ਜਲਦ ਸਮੁੰਦਰ ਹੋਏ ਹਨ ਚਉਪਈ ਏਕ ਜਾਮ ਖਟ ਘਟੀ ਬਿਤਾਏ ਇੱਕ ਪਹਿਰ ਤੇ 6 ਘੜੀਆਂ ਦਾ ਸਮਾਂ ਗੁਜ਼ਰਿਆ ਨਿਸਾ ਬਿਖੇ ਸ੍ਰੀ ਗੁਰੂ ਸਮਾਏ ਰਾਤ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਆਪਣਾ ਸਰੀਰ ਸਮਾਦਤਾ ਸੱਚਖਣ ਚਲੇਗਾ ਏ ਬਾਬਾ ਕਹੇ ਬਕਾਲੇ ਮਾਹੇ ਇਹ ਬਚਨ ਕੀਤਾ 8ਵੇਂ ਪਾਤਸ਼ਾਹ ਨੇ ਵੀ ਬਾਬਾ ਬਕਾਲੇ ਹੈ ਸਤਗੁਰ ਤੇਗ ਬਹਾਦਰ ਤਾਹੇ ਸਤਗੁਰ ਤੇਗ ਬਹਾਦਰ ਸਾਹਿਬ ਮਹਾਰਾਜੀ ਬਾਬੇ ਲੱਗਦੇ ਸਨ ਅਰਪਤ ਭਏ ਤਿਨਹਿ ਗੁਰਾਈ ਅਰਪਤ ਅਰਪਨਾ ਕੀਤੀ ਹੈ ਗੁਰਤਾ ਗੱਦੀ ਇਸ ਪ੍ਰਕਾਰ ਨਾਵੇਂ ਸਰੂਪ ਨੂੰ ਦਿੱਲੀਓਂ ਹੀ ਧਿਆਨ ਦੇ ਨਾਲ ਤਖਤ ਬਿਰਾਜੇ ਸਿੱਖ ਸੁਖਦਾਈ ਤਖਤ ਤੇ ਬਿਰਾਜਮਾਨ ਹੋਏ ਨਾਵੇਂ ਪਾਤਸ਼ਾਹ ਸਿੱਖਾਂ ਨੂੰ ਸੁਖ ਦੇਣ ਵਾਲੇ ਸ੍ਰੀ ਗੁਰ ਹਰਗੋਬਿੰਦ ਬਿੰਦ ਕੇ ਆਨੰਦ ਤਨ ਸਹਿਬਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਿਬਜਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਛੋੜੀ ਵੰਸ ਗਗਨ ਕੇ ਚੰਦ ਤੋਂ ਛੋੜ ਬੰਸ ਵਿੱਚ ਛੋੜ ਬੰਸ ਦੇ ਆਕਾਸ਼ ਰੂਪ ਵਿੱਚ ਚੰਦਰਮਾ ਸ੍ਰੀ ਕੇ ਮਹਾਰਾਜੀ ਜੋ ਹੋਏ ਹਨ ਮਾਤ ਨਾਨਕੀ ਜਨ ਕੀ ਜਾਨ ਇਸ ਪ੍ਰਕਾਰ ਜਾਣ ਲੋ ਇਹਨਾਂ ਦੇ ਮਾਤਾ ਨਾਨਕੀ ਜੀ ਸੰਨ ਜਨਮ ਸੁਦਾਸਰ ਸੁਦਾਸਰ ਪੁਰ ਕੇ ਥਾਨ ਸੁਦਾਸਰ ਅੰਮਤ ਸਰੋ ਅੰਮ੍ਰਿਤ ਸਰ ਸਾਹਿਬ ਵਿੱਚ ਜਿਨ੍ਹਾਂ ਦਾ ਸਥਾਨ ਹੈ ਗੁਰੂ ਕੇ ਮਹਿਲਾ ਵਿੱਚ ਅਵਤਾਰ ਹੋ ਸ੍ਰੀ ਗੁਜਰੀ ਮਹਿਲਾ ਸੁਭ ਵਿਆਹੀ ਸ੍ਰੀ ਗੁਜਰੀ ਦੀ ਮਾਤਾ ਜੀ ਹੁਣਾਂ ਨਾਲ ਸ਼ਾਦੀ ਹੋਈ ਹੈ ਉਨ੍ਹਾਂ ਦੀ ਤਪ ਕੋ ਤੇਜ ਪੁੰਜ ਜਨ ਮਾਹੀ ਜਨਮ ਵਿੱਚ ਤਪੱਸਿਆ ਦਾ ਭਾਰੀ ਤੇਜ ਪ੍ਰਤਾਪ ਸੀ ਇੱਥੇ ਇਹ ਵਿਚਾਰ ਗੋਚਰੀ ਗੱਲ ਕਿ ਮੇਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਸੋ ਪੰਜਵੇਂ ਪਾਤਸ਼ਾਹੀ ਤੋਂ ਛੋਟ ਬੰਸ ਵਿੱਚ ਘਰ ਵਿੱਚ ਗੁਰਿਆਈ ਆਈ ਹੈ ਤੇ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਜੋ ਕਿਰਪਾ ਕੀਤੀ ਹੈ ਤੋ 8ਵੇਂ ਪਾਸ਼ਾ ਪੋਤਰੇ ਨੂੰ ਗੁਰਿਆਈ ਦਿੱਤੀ ਹੈ 8ਵੇਂ ਪਾਸ਼ਾ ਨੇ ਫਿਰ ਦਾਦੇ ਨੂੰ ਗੁਰਿਆਈ ਦਿੱਤੀ ਅੰਗੁਰ ਤੇਗ ਬਹਾਦਰ ਸਾਹਿਬ ਦਾਦੇ ਲੱਗਦੇ ਸਨ ਤੋ ਇਹ ਜਿਹੜਾ ਹੈ ਇੱਥੇ ਆਣ ਕਰਕੇ ਇਸ ਤਰੀਕੇ ਦੇ ਨਾਲ ਪਹਿਲਾਂ ਦਾਦਾ ਪੋਤਰੇ ਨੂੰ ਗੁਰਿਆ ਫਿਰ ਪੋਤਰਾ ਜਿਹੜਾ ਦਾਦੇ ਨੂੰ ਗੱਦੀ ਦਿੰਦਾ ਹੈ ਇਉ ਗੁਰਿਆਈ ਗੱਦੀ ਆਈ ਨਾਮੇ ਪਾਸ਼ਾ ਕੋਲ ਤਿੰਨ ਕੇ ਪੁੱਤਰ ਭਏ ਬੜ ਸੂਰੇ ਉਹਨਾਂ ਦੇ ਸਹਿਮ ਜਾਨਾ ਵੱਡੇ ਸੂਰਮੇ ਯੋਧੇ ਹੋਏ ਦੇਗ ਤੇਗ ਦੁਹੋਂ ਅਨਕੇ ਪੂਰੇ ਦੇਗ ਤੇ ਤੇਗ ਦੇ ਪੂਰਨ ਧਨੀ ਹੋਏ ਬੇਗ ਹੈ ਮਹਾਰਾਜਾ ਲੰਗਰ ਔ ਟੋਟ ਲੰਗਰ ਬਖਸ਼ਤੇ ਗੁਰਸਿੱਖਾਂ ਦੇ ਤਾਈ ਮਹਾਰਾਜ ਤੇਗ ਦੇ ਧਨੀ ਤੇਗ ਪੜ ਕਰਕੇ ਜ਼ੁਲਮ ਦਾ ਨਾਸ ਕੀਤਾ ਹੈ ਜਿਨ ਧਰ ਕਲਗੀ ਛਤਰ ਬਿਦਾਰੇ ਜਿਨ੍ਹਾਂ ਨੇ ਇਸ ਪ੍ਰਕਾਰ ਕਲਗੀ ਸੀਸ ਤੇ ਸੋਭਨੀਕ ਕੀਤੀ ਤੇ ਸ਼ਤਰੂ ਜਿਹੜੇ ਦੁਸ਼ਮਣ ਸਨ ਉਹਨਾਂ ਦਾ ਵਿਨਾਸ਼ ਕੀਤਾ ਤੁਰਕ ਪਹਾੜੀ ਅਰੇ ਸੋ ਮਾਰੇ ਜਿਹੜੇ ਤੁਰਕ ਨੁਰੰਗਾ ਤੇ ਇਹ ਪਹਾੜੀ ਰਾਜੇ ਜਿਹੜੇ ਅੜੇ ਮੇਰੇ ਸਤਿਗੁਰੂ ਕਲਗੀਆਂ ਵਾਲੇ ਨਾਲ ਉਹਨਾਂ ਨੂੰ ਮਾਰ ਦਿੱਤਾ। ਇਮ ਸਿਰ ਤੇਗ ਬਹਾਦਰ ਭਏ। ਇਉਂ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੋਏ ਹਨ। ਦਾਸ ਅਨੇਕ ਉਦਾਹਰਨ ਕਹੇ। ਅਨੇਕਾਂ ਹੀ ਗੁਰਸਿੱਖ ਸੇਵਕਾਂ ਦਾ ਉਧਾਰ ਕੀਤਾ ਮਹਾਰਾਜ ਨੇ। ਸੰਮਤ 10 ਅਰ ਸੱਤ ਮਹੀਨਾ, 10 ਸਾਲ ਤੇ 7 ਮਹੀਨੇ। ਦਿਨ 21 ਗੁਰਤਾ ਪਦ ਲੀਨਾ। 21 ਦਿਨ ਉਪਰ ਕਰਕੇ ਗੁਰੂ ਪਦਵੀ ਮਹਾਰਾਜ ਨੇ ਪ੍ਰਾਪਤ ਕੀਤੀ ਨਾਮੇ ਪਾਤਸ਼ਾਹ ਨੇ। ਤਨ ਤਿਆਗਨ ਕੋ ਸਮੋਸ ਉਪਾਏ। ਫਿਰ ਰਾਜ ਨੇ ਦੇਖਿਆ ਵੀ ਹੁਣ ਆਪਣਾ ਪੰਜ ਪੂਤਕ ਸਿਰ ਦਾ ਠੀਕਰਾ ਦਿੱਲੀ ਦੇ ਸਿਰ ਭੰਨ ਦਈਏ ਤੁਰਕੇਸ਼ਰ ਸਿਰ ਦੋਸ ਚੜ੍ਹਾਏ ਤੋ ਤੁਰਕੇਸ਼ਰ ਤੁਰਕਾਂ ਦਾ ਈਸ਼ਰ ਜਿਹੜਾ ਰਾਜਾ ਸੀ ਨੁਰੰਗਾ ਠੀਕਰ ਫੋਰ ਦਿੱਲੀ ਸਿਰ ਦਿੱਲੀ ਦੇ ਰਾਜੇ ਨੁਰੰਗੇ ਦੇ ਸਿਰ ਤੇ ਠੀਕਰ ਫੋਰਿਆ ਮਹਾਰਾਜ ਨੇ ਹਿੰਦਵਾਨੇ ਕੀ ਰੱਖਣ ਕਾਨ ਤਾਂ ਹਿੰਦੂਆਂ ਦੀ Hindu ਧਰਮ ਦੀ ਰਾਖੀ ਕਰਨ ਵੇ ਤਿਲਕ ਜਨੂ ਦੀ ਰਾਖੀ ਨਹੀਂ ਤੋ ਮਹਾਰਾਜ ਨੇ ਚਾਂਦਨੀ ਚੌਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਦਿਓ ਅਸੀਸ ਜਨ ਕਰਕੇ দান ਤੇ ਮਹਾਰਾਜ ਨੇ ਸਿਰ ਦਿੱਤਾ ਇਹ ਦਾਨ ਦਿੱਤਾ ਮਹਾਰਾਜ ਹਿੰਦੂ ਧਰਮ ਨੂੰ ਪਰ ਦੇਖੋ ਹਿੰਦੂ ਧਰਮ ਵਾਲੇ ਕਦਰ ਨਹੀਂ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਿਲਕ ਜੰਨੂ ਦੀ ਰੱਖਿਆ ਕੀਤੀ ਜੇ ਗੁਰੂ ਸਾਹਿਬ ਉਸ ਵੇਲੇ ਸ਼ਹੀਦੀ ਨਾ ਦਿੰਦੇ ਤੇ ਸਭ ਮੁਸਲਮਾਨ ਬਣਾਉਣੇ ਸ਼ੁਰੂ ਕਰ ਦਿੱਤੇ ਕੋਈ ਹਿੰਦੂ ਰਹਿਣਾ ਹੀ ਨਹੀਂ ਸੀ ਪਰ ਹਿੰਦੂਆਂ ਨੇ ਕਦੇ ਵੀ ਮੇਰੇ ਸਤਿਗੁਰੂ ਤੇਗ ਮਹਾਂਦਰ ਸਾਹਿਬ ਦਾ ਸ਼ੁਕਰਾਨਾ ਨਹੀਂ ਕੀਤਾ ਭਾਵਨਾਵਾਲੇ ਵਿਰਲੇ ਨੇ ਘਰਾਂ ਵਿੱਚ ਬੈਠੇ ਤਾਂ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਨੇ ਪਰ ਇਹਨਾਂ ਨੇ Hindu ਲੋਕਾਂ ਨੇ ਆਪਣੇ ਕੌਮੀ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਨਾ ਕਦੇ ਗੁਰੂ ਦਾ ਦਿਨ ਮਨਾਇਆ ਸ਼ਹੀਦੀ ਤੇ ਇਹਨਾਂ ਦੇ ਮੰਦਰਾਂ ਵਿੱਚ ਦੀਵੇ ਜਿਹੜੇ ਬਲਦੇ ਨੇ ਇਉਂ ਸਮਝੋ ਗੁਰੂ ਤੇਗ ਬਹਾਦਰ ਸਾਹਿਬ ਨੇ ਖੂਨ ਦੇ ਦੀਵੇ ਨੇ ਖੂਨ ਡੋਲ ਕੇ ਦੀਵੇ ਜਗਾਏ ਮਹਾਰਾਜ ਤੋ ਇਉ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਤਿਲਕ ਜਾਨੂ ਦੀ ਰਾਖੀ ਲਈ ਸੀਸਦਾਨ ਦਿੱਤਾ ਸੰਬਤ 1732 ਸੰਬਤ 1732 ਬਿਕਰਮੀ ਮੰਗ ਮੰਗ ਸਿਰ ਸੁਦੀ ਪੰਚਮੀ ਥੀਸ ਮੰਗਲ ਸੁਦੀ ਪੰਚਮੀ ਦਾ ਦਿਨ ਆਇਆ ਸੁਰਗੁਰ ਦਿਵਸ ਜਾਮ ਯੁਗ ਆਵਾ ਜਦੋਂ ਸੁਰਗੁਰ ਗੁਰੂਆਂ ਜਿਹੜਾ ਦੇਵਤਿਆਂ ਦਾ ਗੁਰੂ ਵੀਰਵਾਰ ਜਿਹੜਾ ਹੈ ਇਹ ਦਿਨ ਆਇਆ ਦੋ ਪਹਿਰ ਜਦੋਂ ਚੜੇ ਜਾਂਦਨ ਉੱਪਰ ਘਟ ਕਾ ਏਕ ਬਿਤਾਵਾ ਇੱਕ ਘਣੀ ਦਾ ਸਮਾ ਜਦੋਂ ਉੱਪਰ ਗੁਜਰਿਆ ਸਤਗੁਰ ਤੇਗ ਬਹਾਦਰ ਰਾਏ ਰਾਜਾ ਰੂਪ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਪੁਰ ਮਹਿ ਮਿਸ ਦਿਖਰਾਏ ਦਿੱਲੀ ਪੁਰੀ ਵਿੱਚ ਮਹ ਬਹਾਨਾ ਕੀਤਾ ਸਤਗੁਰਾਂ ਨੇ ਤਨ ਕੋ ਤਿਆਗ ਬੈਕੁੰਠ ਸੁਧਾਰੇ ਤੇ ਮੇਰੇ ਸਤਗੁਰੂ ਜੀ ਸਰੀਰ ਨੂੰ ਤਿਆਗ ਕਰਕੇ ਮੈਕੁੰਡ ਸਚਕਣ ਨੂੰ ਗਏ ਹਨ ਦੇਵਨ ਜੈ ਜੈ ਸ਼ਬਦ ਉਚਾਰੇ ਤੇ ਦੇਵਤਿਆਂ ਨੇ ਆਕਾਸ਼ ਮੰਡਲ ਵਿੱਚ ਦੁਪਹਿਰ ਦਾ ਸਮਾਂ ਵੀਰਵਾਰ ਦਾ ਦਿਨ ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਮਹਾਰਾਜ ਸ਼ਹੀਦ ਹੋਏ ਨੇ ਉਸ ਵੇਲੇ ਕਹਿੰਦੇ ਨੇ ਹੇ 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 ਸੰਗ ਜਗ ਪਉ ਜੈ ਜੈ ਜਸਰ ਲੋਕ ਦੇਵਤੇ ਲੋਕਾਂ ਨੇ ਜੈ ਜੈ ਕਰ ਕੀਤੀ ਮਹਾਰਾਜ ਦੀ ਅੰਧ ਧੁੰਦ ਜਗ ਖਰ ਭਰ ਪਰਿਓ ਪਰ ਜਦੋਂ ਗੁਰੂ ਸਾਹਿਬ ਜੀ ਨੇ ਸੋ ਇਸ ਪ੍ਰਕਾਰ ਸ਼ਹੀਦੀ ਦਿੱਤੀ ਹੈ ਇਹ ਜਲਮ ਨੇ ਜ਼ੁਲਮ ਕੀਤਾ ਉਸ ਵੇਲੇ ਅੰਧਾ ਧੁੰਦੂ ਘਾਰ ਪੈ ਗਿਆ ਸੀ ਹਨੇਰੀ ਚੱਲ ਪਈ ਸੀ ਬੜਾ ਧੁੰਦੂ ਘਾਰ ਮਚ ਗਿਆ ਸੀ ਇਸ ਤਰ੍ਹਾਂ ਦੇ ਨਾਲ ਤੁਰਕਨ ਵਿਖੇ ਤਰਾਸ ਬਹੁ ਕਰਿਓ ਐਸੀ ਹਨੇਰੀ ਚੱਲੀ ਜਿੱਦਾਂ ਇਹਨਾਂ ਜ਼ੁਲਮ ਦੀ ਹਨੇਰੀ ਚਲਾਈ ਸੀ ਗੁਰੂ ਸਾਹਿਬ ਨੇ ਸ਼ਹੀਦੀ ਦੇ ਕੋਲ ਹਨੇਰੀ ਪ੍ਰਗਟ ਕੀਤੀ ਕਹਿੰਦੇ ਜਿਤਨਾ ਤੁਰਕਾਨਾ ਸੀ ਲੋਕ ਵੇਖਣ ਵਾਸਤੇ ਆਏ ਸਨ ਗੁਰੂ ਸਾਹਿਬ ਦੀ ਸ਼ਹੀਦੀ ਸਭ ਜਣੇ ਸੇ ਹੈਰਾਨ ਹੋ ਗਏ ਸਨ ਉਸ ਵੇਲੇ ਥਰ ਥਰ ਕੰਬਦੇ ਸਨ ਹਾਏ ਹਾਏ ਸਭ ਕਰ ਨਰ ਨਾਰੀ ਇਸਤਰੀਆਂ ਪੁਰ ਸਾਰੇ ਹਾਏ ਹਾਏ ਕਰ ਉੱਠੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਜੁਲਮ ਇਹਨਾਂ ਦਾ ਪ੍ਰਗਟ ਕੀਤਾ ਜਦੋਂ ਤੇ ਜਿਹੜੇ ਮੁਸਲਮਾਨ ਲੋਕ ਵੀ ਸੀ ਜਿਹੜੇ ਉਸ ਮੇਲੇ ਦੇ ਹਾਲਾਤ ਨੂੰ ਦੇਖ ਕੇ ਉਸ ਅੰਧਕਾਰ ਤੇ ਹਨੇਰੀ ਦੇ ਝੱਖੜ ਨੂੰ ਹਾਏ ਹਾਏ ਕਰਨ ਲੱਗ ਪਏ ਸਨ ਤੁਰਕੇਸੁਰ ਕੋ ਦੈ ਬਹੁਗਾਰੀ ਤੇ ਬਹੁਤ ਗਾਲਾਂ ਦੇਣ ਲੱਗ ਪਏ ਨਰੰਗੇ ਨੂੰ ਵੀ ਉਹ ਨਿਪਕੀ ਪਾਪੀ ਨੇ ਕੀਤਾ ਇਤਨੇ ਧਰਮੀ ਤਨੂ ਮਹਾਰਾਜ ਗੁਰੂ ਪਾਤਸ਼ਾਹ ਮਹਾਰੂ ਸ਼ਹੀਦ ਕੀਤਾ ਹੈ। ਤਿਸ ਦਿਨ ਤੇ ਉਤਮ ਨਰ ਜਾਨਾ ਤੇ ਉਤਮ ਲੋਕਾਂ ਚੰਗੇ ਲੋਕਾਂ ਨੇ ਉਸ ਦਿਨ ਤੋਂ ਇਉਂ ਜਾਣਿਆ ਹੈ। ਹੱਤ ਭਾਰਾਜ ਤੇਜ ਤੁਰਕਾਂ ਕੇ ਅਜ ਤੋਂ ਦੇਖੋ ਭਾਈ ਤੁਰਕਾਂ ਦਾ ਰਾਜ ਖਤਮ ਸਮਝੋ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਿਆਂ ਦਾ ਰਾਜ ਖਤਮ ਹੋਊਗਾ ਹੁਣ। ਦਿੱਲੀਪੁਰ ਕੋ ਤਿਆਗ ਨਰੰਗਾ ਨਰੰਗੇ ਨੇ ਦਿੱਲੀਪੁਰ ਨੂੰ ਤਿਆਗ ਦਿੱਤਾ। ਜਿਸ ਦਿਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੋਏ ਨੇ ਉਸ ਰਾਤ ਨੂੰ ਮਹਾਰਾਜ ਦੇ ਸ਼ਹੀਦਾਂ ਦੇ ਨਰੰਗੇ ਨੂੰ ਪਕੜ ਲਿਆ ਬੜਾ ਬੇਬਨ ਹੋਇਆ ਦੁਖੀ ਹੋਇਆ ਮੁੜ ਕੇ ਉਹ ਆਣ ਕੇ ਨਾ ਤਾਂ ਤਖਤ ਤੇ ਬੈਠ ਕੇ ਰਾਜ ਕੀਤਾ ਤਾਂ ਨਾ ਦਿੱਲੀ ਵਿੱਚ ਆਣ ਕੇ ਰਾਤ ਵੀ ਸੁੱਤਾ ਨਹੀਂ ਡਰਦਾ ਉਥੋਂ ਹੀ ਇਸ ਪ੍ਰਕਾਰ ਬਾਹਰ ਹੀ ਇਸ ਨੇ ਕੋਟਕਾਣਾ ਬਣਾ ਕਰਕੇ ਰਹਿਣ ਲੱਪਿਆ ਉਥੋਂ ਹੀ ਦੱਖਣ ਨੂੰ ਚਲਾ ਗਿਆ ਇਸ ਲੜਾਈ ਦੇ ਬਹਾਨੇ ਤੇ ਦੱਖਣ ਵਿੱਚ ਹੀ ਜਾ ਕਰਕੇ ਇਹ ਮਾਰਿਆ ਗਿਆ ਸੀ ਉਹ ਇੱਕ ਦਿਨ ਵੀ ਮੁੜ ਕੇ ਤਖਤ ਤੇ ਬੈਠ ਕੇ ਰਾਜ ਨਹੀਂ ਕਰ ਸਕਿਆ ਬਾਹਰ ਨਿਕਸ ਰਹੇ ਉਹ ਡਰ ਸੰਗਾ ਉਹ ਕਹਿੰਦੇ ਨੇ ਮਹਾਰਾਜ ਤੂੰ ਡਰਦਾ ਹੀ ਦਿੱਲੀ ਤੋਂ ਬਾਹਰ ਹੀ ਚਲਾ ਗਿਆ ਸੀ ਇਹ ਪਰਵੇਸ਼ਿ ਉਪਰਨ ਆਇ ਕੈ ਸੋਇਓ ਤੋ ਨਾ ਇਸ ਦਿੱਲੀ ਵਿੱਚ ਆਇਆ ਪ੍ਰਵੇਸ਼ ਕੀਤਾ ਤੇ ਨਾ ਰਾਤ ਸੁੱਤਾ ਹੀ ਇੱਥੇ ਡਰਦਾ ਹੋਇਆ ਵੱਡ ਪਾਪੀ ਨਿਜ ਸਭ ਕਿਛ ਖੋਇਓ ਮੰਡੇ ਪਾਪੀ ਨੇ ਆਪਣਾ ਸਾਰਾ ਕੁਝ ਗਵਾ ਦਿੱਤਾ ਸਤਗੁਰ ਕੋ ਕਰਕੇ ਅਪਰਾਧੂ ਤਨ ਮੇਰੇ ਸਤਗੁਰੂ ਪਾਤਸ਼ਾਹ ਦਾ ਗੁਨਾਹਗਾਰ ਬਣਿਆ ਅਪਰਾਧ ਕੀਤਾ ਇਸਨੇ ਹੋਇਓ ਸ੍ਰੀ ਹੱਤ ਦੁਸ਼ਟ ਆਸਾਧੂ ਤਾਂ ਕਹਿੰਦੇ ਵੱਡਾ ਹੀ ਭਾਰੀ ਇਸ ਪ੍ਰਕਾਰ ਦੁਸ਼ਟ ਜਿਹੜਾ ਸੀ ਸੋ ਕਹਿੰਦੇ ਨੇ ਆਪਣੀ ਸੋਭਾ ਸਾਰੀ ਗਵਾ ਬੈਠਾ ਆਪਣਾ ਸਾਰਾ ਹੀ ਜਿਹੜਾ ਖਾਨਦਾਨ ਨਸ਼ਟ ਕਰ ਲਿਆ ਇਸ ਨੇ ਜਿਵੇਂ ਰਾਵਣ ਦੀਰਘ ਮਦਮਾਨੀ ਜਿਵੇਂ ਰਾਵਣ ਜਿਹੜਾ ਸੀ ਮੋਹ ਤਾਂ ਹੀ ਵੱਡਾ ਹੰਕਾਰੀ ਹੋ ਗਿਆ ਸੀ ਲੰਕਾ ਦਾ ਰਾਜਾ ਛਲ ਬਲ ਤੇ ਸੀਤਾ ਹਰ ਆਨੀ ਉਹਨੇ ਬਾਲਸ਼ਣ ਕਰਕੇ ਤੇ ਮਾਤਾ ਸੀਤਾ ਜੀ ਨੂੰ ਚੁਰਾਇਆ ਸੀ ਚੋਰੀ ਕੀਤਾ ਸੀ ਕਰ ਰਗਬਰ ਕੋ ਦੋਸ਼ ਮਲੀਨਾ ਇਸ ਪ੍ਰਕਾਰ ਵੱਡਾ ਭਾਰੀ ਇਹ ਦੋਸ਼ੀ ਬਣਿਆ ਸੀ ਭਗਵਾਨ ਰਾਮ ਜੀ ਦਾ ਸਕਲ ਸਮਾਜ ਨਾਸ ਕਰ ਲਈਨਾ ਤੇ ਸਾਰੀ ਲੰਕਾ ਰਾਜ ਭਾਗ ਪਰਿਵਾਰ ਦੇ ਸਮਿਤ ਸਾਰਾ ਕੁਝ ਵਿਨਾਸ਼ ਕਰ ਲਿਆ ਸੀ ਜਿੱਦਾਂ ਉਸਨੇ ਪਤ ਸਹਿਤ ਬਹੁ ਪੁਸਤਨ ਕੇਰੀ ਜੋ ਇਸ ਪ੍ਰਕਾਰ ਕਈ ਪੁਸਤਾਂ ਤੋਂ ਪੀੜੀਆਂ ਤੋਂ ਜਿਹੜਾ ਰਾਜ ਸੀ ਨਾ ਨਰੰਗੇ ਦਾ ਸਭ जग ਦੋਹੀ ਫਿਰਹਿ ਕਨੇਰੀ ਸਾਰੀ ਦੁਨੀਆ ਵਿੱਚ ਇਸ ਦੀ ਦੁਹਾਈ ਮੱਚੀ ਸੀ ਕੋਈ ਡਰ ਦਾ ਮੂਹਰ ਖੜਦਾ ਨਹੀਂ ਸੀ ਸੁਰਪਤ ਸਮ ਅਸ ਅਸਵਰਜ ਪ੍ਰਕਾਸ਼ਾ ਕਹਿੰਦੇ ਕੋਲੇ ਸੁਰਪਤ ਦੇਵਤਿਆਂ ਦੇ ਰਾਜੇ ਇੰਦਰ ਦਾ ਜਿਹੜਾ ਸਵਰਗ ਦਾ ਰਾਜ ਉਹਦੇ ਵਰਗੀ ਸਮਗਰੀ ਕਹਿੰਦੇ ਇਹਦੇ ਕੋਲ ਸਾਰੀ ਸੀ ਗੁਰੂ ਦਰੋਹ ਤੇ ਕੀਨਸ ਨਾਸਾ ਪਰ ਗੁਰੂ ਦਾ ਦਰੋਹੀ ਦੋਸ਼ੀ ਬਣਿਆ ਹੈ ਪਾਪੀ ਬਣਿਆ ਗੁਰੂ ਨੂੰ ਸ਼ਹੀਦ ਕਰਨ ਦਾ ਇਸ ਕਰਕੇ ਸਾਰਾ ਕੁਝ ਇਸ ਦਾ ਬినాਸ਼ ਹੋ ਗਿਆ ਨਰੰਗੇ ਦਾ ਸ੍ਰੀ ਗੁਰ ਤੇਗ ਬਹਾਦਰ ਪਾਛੇ ਧੰਨ ਸਹਿਬ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੋਬਿੰਦ ਸਿੰਘ ਭੇ ਗੁਰ ਆਛੇ ਧੰਨ ਸਤਿਗੁਰੂ ਪਾਸ਼ਾ 9 ਸਾਲ ਦੀ ਉਮਰ ਵਿੱਚ ਗੁਰਤਾ ਪਦ ਤੇ ਬਰਾਜਮਨ ਹੋਏ ਭਲੀ ਪ੍ਰਕਾਰ ਸ੍ਰੀ ਗੁਜਰੀ ਤੇ ਜਨਮ ਲਿयो ਹੈ ਮਾਤਾ ਗੁਜਰ ਕੌਰ ਜੀ ਤੋਂ ਮਹਾਰਾਜ ਦਾ ਅਵਤਾਰ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁਰ ਪਟਨੇ ਮਹਿ ਖੇਲ ਕਿਉ ਹੈ ਪਟਨਾ ਸ਼ਹਿਰ ਕੇ ਭਾਵ ਲਇਓ અવਤਾਰ ਧਾਰ ਕੇ ਉਥੇ ਬਚਪਨ ਦੇ ਖੇਲ ਖੇਲੇ ਮਹਾਰਾਜ ਨੇ ਬਰਦਿਓ ਸਰੀਰ ਬਹੁਰ ਚਲ ਆਏ ਜਿਲੇ ਕੁਝ ਸਰੀਰ ਵੱਡਾ ਹੋਇਆ ਤਾਂ ਫਿਰ ਇਸ ਪਰ ਘਾਰ ਜਬ ਹਮ ਧਰਮ ਕਰਮ ਨੂੰ ਆਏ ਤਾਂ ਮੇਰੇ ਸਤਿਗੁਰ ਪਾਸ਼ਾ ਦੇਵ ਲੋਕ ਤਾਂ ਪੇ ਦੱਸਦਾ ਹੈ ਤਾਂ ਮਹਾਰਾਜ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਜਦੋਂ 5 ਕੁ ਸਾਲ ਦੀ ਅਵਸਥਾ ਹੋਈ ਹੈ ਤੇ ਫਿਰ ਮਹਾਰਾ ਸੱਚੇ ਪਾਸ਼ਾ ਪੰਜਾਬ ਧਰਤੀ ਤੇ ਆ ਗਏ ਮਦਰ ਦੇਸ਼ ਨਿਰਖੇ ਹਰ ਖਾਏ ਆਣ ਕਰਕੇ ਮਦਰ ਦੇਸ਼ ਪੰਜਾਬ ਦੀ ਧਰਤੀ ਨੂੰ ਧੱਕਿਆ ਮਹਾਰਾਜ ਨੇ ਖੁਸ਼ ਹੋਏ ਤੀਨ ਭਾਰ ਜਾਂ ਜਨ ਘਰ ਹੋਈ ਜਿਨ੍ਹਾਂ ਦੇ ਘਰ ਵਿੱਚ ਤਿੰਨ ਸਾਡੀਆਂ ਮਾਤਾਵਾਂ ਹੋਈਆਂ ਨੇ ਨਾਮ ਅਜੀਤੋ ਦੀਰਗ ਸੋਈ ਬੰਨੇ ਸਨ ਮਾਤਾ ਅਜੀਤ ਕੌਰ ਜੀ ਪੁੱਤਰ ਤੀਨ ਉਪਜੇ ਬਲ ਭਾਰੀ ਮਾਤਾ ਅਜੀਤ ਕੌਰ ਜੀ ਤੋਂ ਤਿੰਨ ਸਹਬਜ਼ਾਦਿਆਂ ਦਾ ਇਹ ਯਾਦ ਰੱਖਣ ਵਾਲੀ ਗੱਲ ਹੈ ਜਿਹੜੇ ਤਿੰਨ ਸਹਿਮਜਾਦੇ ਨੇ ਉਹ ਇਸ ਪ੍ਰਕਾਰ ਵੱਡੇ ਮਾਤਾ ਅਜੀਤ ਕੌਰ ਜੀ ਤੋਂ ਹੋਏ ਹਨ ਮਨਹੁ ਅਗਨ ਤਿੰਨਹੁ ਤਨ ਧਾਰੀ ਮਨੋ ਕੇ ਅਗਨੈ ਸਰੀਰ ਧਾਰੇ ਇੰਨੇ ਸੁੰਦਰ ਸਰੂਪ ਸਨ ਅਪਰ ਸੁੰਦਰੀ ਨਾਮ ਪਛਾਨੋ ਦੂਸਰੇ ਮਾਤਾ ਸੁੰਦਰ ਕੌਰ ਜੀ ਹੋਏ ਹਨ ਸੁਭ ਮਤ ਪਤ ਬ੍ਰਤ ਧਰਮ ਨਿਧਾਨੋ ਸੋਹਣੀ ਮਤ ਵਾਲੇ ਧਰਮ ਦੇ ਧਨੀ ਹੋਏ ਨੇ ਇਸ ਪ੍ਰਕਾਰ ਤਿਸ ਕੇ ਸੁੱਤ ਅਜੀਤ ਸਿੰਘ ਹੋਵਾ ਉਹਨਾਂ ਤੋਂ ਸਹਿਮਜਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਜੋ ਮਾਤਾ ਜੀ ਛੋਟੇ ਸਨ ਉਹਨਾਂ ਤੋਂ ਵੱਡੇ ਸਾਹਿਬ ਜੀ ਦਾ ਜਨਮ ਹੋਇਆ ਮਾਤਾ ਸੁੰਦਰ ਕੌਰ ਜੀ ਛੋਟੇ ਸਨ ਵੱਡੇ ਮਾਤਾ ਅਜੀਤ ਕੌਰ ਜੀ ਸਨ ਮਾਤਾ ਸੁੰਦਰ ਕੌਰ ਜੀ ਤੋਂ ਵੱਡੇ ਸਾਹਿਬ ਜੀ ਦੇ ਅਜੀਤ ਸਿੰਘ ਦਾ ਜਨਮ ਹੋਇਆ ਤੇ ਜਿਹੜੇ ਬਾਕੀ ਤਿੰਨੇ ਹੀ ਸਾਹਿਬ ਜੀ ਆਦੇ ਆ ਛੋਟੇ ਉਹ ਵੱਡੇ ਮਾਤਾ ਅਜੀਤ ਕੌਰ ਜੀ ਤੋਂ ਜਨਮ ਹੋਇਆ ਉਹਨਾਂ ਦਾ ਬਹੁ ਰਿਪ ਹੱਤ ਜੋ ਰਨ ਮਹਿ ਸੋਵਾ ਤੋ ਜਿਹੜਾ ਇਸ ਪ੍ਰਕਾਰ ਸਾਹਿਬ ਜੀ ਦਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਚਮਕੌਰ ਦੀ ਗੜੀ ਵਿੱਚ ਜੰਗ ਕਰਕੇ ਬਹੁਤ ਦੁਸ਼ਟਾਂ ਦਾ ਵਿਨਾਸ਼ ਕਰਕੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ ਸਨ ਤੀਸਰ ਸਾਹਿਬ ਦੇਵੀਦਾਰਾ ਦੋ ਤੀਸਰੇ ਮਾਤਾ ਸਾਹਿਬ ਕੌਰ ਜੀ ਮਹਾਰਾਜ ਸਤਗੁਰਾਂ ਦੇ ਘਰ ਵਿੱਚ ਰਹੇ ਤਾਹੇ ਖਾਲਸਾ ਪੁੱਤਰ ਅਪਾਰਾ ਤੇ ਮੇਰੇ ਸਤਗੁਰਾਂ ਨੇ ਸੋ ਮਾਤਾ ਸਾਹਿਬ ਕੌਰ ਦੀ ਝੋਲੀ ਖਾਲਸਾ ਪੰਥ ਪਾਇਆ ਹੈ ਈਮ ਸਾਹਿਬ ਦਸਵੇਂ ਪਾਤਸ਼ਾਹੂ ਈਉ ਦਸਵੇਂ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਤੁਰਕਨ ਸੋ ਰਣ ਕਰ ਉਤਸਾਹੂ ਬੜੇ ਉਤਸ਼ਾਹ ਦੇ ਨਾਲ ਤੁਰਕਾਂ ਨਾਲ ਧਰਮ ਦੇ ਯੁੱਧ ਕੀਤੇ ਜ਼ੁਲਮ ਦੇ ਨਾਸ ਲਈ ਅਨਕ ਪ੍ਰਕਾਰਨ ਕੀਨ ਅਖਾਰੇ ਅਨੇਕ ਪ੍ਰਕਾਰ ਦੇ ਜੰਗ ਦੇ ਅਖਾੜੇ ਮਚਾਏਨ ਕਲਗੀਆਂ ਵਾਲੇ ਨੇ ਕਰ ਪ੍ਰਸਾਰਥ ਕੋ ਰਿਪ ਮਾਰੇ ਬੜਾ ਉਦਮ ਕਰਕੇ ਦੁਸ਼ਮਣਾਂ ਦਾ ਵਿਨਾਸ਼ ਕੀਤਾ ਪੰਥ ਖਾਲਸਾ ਉਤਪਤ ਕਰ ਕੈ ਕਲਗੀਆਂ ਵਾਲੇ ਨੇ ਖਾਲਸਾ ਪੰਥ ਪੈਦਾ ਕੀਤਾ। ਐਵੇਂ ਪੈਦਾ ਤਾਂ ਖਾਲਸਾ ਪੰਥ ਗੁਰੂ ਨਾਨਕ ਨੇ ਕੀਤਾ। 10ਵੇਂ ਪਾਤਸ਼ਾਹ ਜੀ ਨੇ ਸੰਪੂਰਨ ਰੂਪ ਦਿੱਤਾ ਹੈ ਕਿ ਇਸ ਗੁਰ ਦੇ ਤਖਤ ਤੇ ਪੰਥ ਪ੍ਰਚਲਨ ਕਰ ਬੇ ਕੋ ਸਾਜਾ। ਆਕਾਲ ਪੁਰਖ ਦਾ ਬਚਨ ਦੱਸਿਆ ਪੰਥ ਨੂੰ ਪ੍ਰਚਾਰਣ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਨੇ ਇਉਂ ਕਿਰਪਾ ਕੀਤੀ। ਤੁਰਕ ਤੇਜ ਕੀ ਜੜਾ ਓਖਾਰ ਗਏ। ਉਹ ਕਿਰਪਾ ਕੀਤੀ ਮਹਾਰਾਜ ਉਹ ਤੁਰਕਾਂ ਦਾ ਤੇਜ ਪ੍ਰਤਾਪ ਸੀ ਨਾ ਰਾਜ ਭਾਗ ਦਾ ਰਾਜਨੀਤੀ ਦਾ। ਸਾਰੇ ਦੀ ਜਣਾ ਪਟੀਆਂ ਮਹਾਰਾਜ ਨੇ ਬਰਖ 32 11 ਮਾਸ ਪ੍ਰਕਾਰ ਸੋ so, 32 ਹਾਲ ਤੇ 11 ਮਹੀਨੇ ਜਗ ਮੈਂ ਕੀਨਸ ਧਰਮ ਪ੍ਰਕਾਸ਼ ਜਗਤ ਵਿੱਚ ਧਰਮ ਨੂੰ ਪ੍ਰਗਟ ਕੀਤਾ ਸਤਿਗੁਰਾਂ ਨੇ ਸਿੱਖ ਅਨੇਕਨ ਕੋ ਗਤ ਦੀਨੀ ਅਨੇਕ ਸਿੱਖਾਂ ਨੂੰ ਮੁਕਤੀ ਬਖਸ਼ੀ ਮੇਰੇ ਸਤਿਗੁਰਾਂ ਨੇ ਦੁੱਖ ਤੇ ਬਚੇ ਸ਼ਰਨ ਜਨ ਲੀਨੀ ਜਿਨ੍ਹਾਂ ਵੀ ਗੁਰੂ ਕਲਗੀ ਧਰ ਦੀ ਸ਼ਰਨ ਪ੍ਰਾਪਤ ਕੀਤੀ ਖੰਡੇ ਬਾਟੇ ਦਾ ਅਮਤ ਛੱਕੇ ਗੁਰੂ ਦੇ ਸਿੰਘ ਖਾਲਸੇ ਸੱਜ ਗਏ ਕਹਿੰਦੇ ਭਾਈ ਉਹਨਾਂ ਦੀ ਮਹਾਰਾਜ ਦੀ ਮੁਕਤੀ ਕਰ ਦਿੱਤੀ 70 ਸਹਸ 65 ਠਾ ਉਪਰ 1700 ਤੇ 65 ਬਿਕਰਮੀ ਦਾ ਸੰਮਤ ਜੋ ਸੀ ਕਤਕ ਸੁੱਧ ਪੰਚੇ ਦਿਨ ਸੁਰ ਗੁਰ ਉਹ ਕਹਿੰਦੇ ਕਤਕ ਸੁਨੀ ਪੰਚਮੀ ਅਤੇ ਸੁਰ ਗੁਰ ਦੇਵਤਿਆਂ ਦਾ ਵਾਰ ਮੰਨਿਆ ਜਾਂਦਾ ਹੈ ਇਸ ਪ੍ਰਕਾਰ ਵੀਰਵਾਰ ਦਾ ਦਿਨ ਸੀ ਰਹੀ ਜਾਮਨੀ ਜਾਮ ਸਵਾ ਜਬ ਜਦੋਂ ਸਵਾ ਪਹਿਰ ਰਾਤ ਰਹਿੰਦੀ ਸੀ ਅੰਮ੍ਰਿਤ ਵੇਲੇ ਸੱਚਖੰਡ ਪਹੁੰਚੇ ਸ੍ਰੀ ਗੁਰੂ ਤਬ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੱਚਖੰਡ ਗਵਨ ਕੀਤਾ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਨਿਤ ਮਹਾਰਾਜ ਸੋ ਦਸੇ ਗੁਰੂ ਸਾਹਿਬਾਨ ਸਵਾ ਪਹਿਰ ਦੇ ਤੜਕੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਸਿਮਰਨ ਵਿੱਚ ਬੈਠਦੇ ਸਨ ਨਸੰਪਾਤਸ਼ਾਹੀ ਇਸ ਪਰ ਕਹਾਰ ਸੋ ਅੰਮ੍ਰਿਤ ਵੇਲੇ ਨਿਤਨਮ ਕਰਨ ਤੋਂ ਉਪਰੰਤ ਮਹਾਰਾਜ ਸੱਜਖੰਡ ਪਿਆਨਾ ਕੀਤਾ ਅਬ ਚਲ ਨਗਰ ਜਾਮ ਅਬਚਲ ਨਗਰ ਨਾਮ ਸੁਭ ਥਾਨ ਅਬਚਲ ਨਗਰ ਜਿਸ ਦਾ ਨਾਮ ਹੈ ਭਇਓ ਦਿਹਰਾ ਜੋਤ ਮਹਾਨ ਮਹਾਨ ਜੋਤੀ ਸਬ ਗੁਰੂ ਗੋਬਿੰਦ ਸਿੰਘ ਦਾ ਦੇਹਰਾ ਸਥਾਨ ਉੱਥੇ ਭਾਈ ਪ੍ਰਗਟ ਹੋਇਆ ਸ੍ਰੀ ਹਰ ਰਾਏ ਪਾਇ ਗੁਰਿਆਈ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤਬਹ ਨਰੰਗੇ ਦਿੱਲੀ ਪਾਈ ਤਦੋਂ ਹੀ ਕਹਿੰਦੇ ਨਰੰਗੇ ਨੇ ਦਿੱਲੀ ਵਿੱਚ ਆਪਣਾ ਸੋ ਤਖਤ ਸੰਭਾਲਿਆ ਸੀ ਪਤ ਸਹਤ ਕਹੋ ਮਾਲਕ ਭਇਓ ਬਾਦਸ਼ਾਹੀ ਦਾ ਮਾਲਕ ਬਣਿਆ ਸੀ ਭਰਾਵਾਂ ਨੂੰ ਪਿਓ ਨੂੰ ਮਾਰ ਕੇ ਨਰੰਗਾ ਰਾਜ ਤੇਜ ਜਿਨ ਵੱਡ ਬਿਰਦਇਓ ਬੜਾ ਭਾਰੀ ਰਾਜ ਦਾ ਤੇਜ ਵਧਾਇਆ ਇਸ ਨੇ ਸਭ ਪਾਸੇ ਇਸ ਪ੍ਰਕਾਰ ਜਿੱਤ ਕਰਕੇ ਵੱਡਾ ਭਾਰੀ ਭਾਰਤ ਦਾ ਰਾਜ ਕੀਤਾ ਬਹੁਤਨ ਕਹਿ ਕਰਕੇ ਅਪਰਾਧੂ ਬਹੁਤਿਆਂ ਦੇ ਅਪਰਾਧ ਕੀਤੇ ਇਸ ਨੇ ਦਾਰਾਸ਼ਕੋ ਭਰਾ ਨੂੰ ਮਾਰਿਆ ਦੂਜੇ ਭਰਾਵਾਂ ਨੂੰ ਮਾਰਿਆ ਪਿਓ ਨੂੰ ਕੈਦ ਵਿੱਚ ਪਾਇਆ ਪਾਣੀ ਪੀਣ ਵਾਸਤੇ ਇੱਕ ਘੁੱਟ ਨਹੀਂ ਦਿੱਤਾ ਐਹੋ ਜਿਹਾ ਜ਼ੁਲਮ ਕਰਕੇ ਜ਼ਾਲਮ ਇਹ ਰਾਜਾ ਬਣਿਆ ਸੀ ਮਹਾ ਕੋ ਕਰਮ ਕਸ਼ਟ ਦੇ ਸਾਧੂ ਤੋਂ ਬੜਾ ਭਾਰੀ ਸਾਧੂਆਂ ਨੂੰ ਭਾਰੇ ਕਰਮ ਕੀਤੇ ਨੇ ਰਾਜ ਤੇ ਬੈਠ ਕੇ ਮੁਸਲਮਾਨਾਂ ਵਿੱਚ ਫਕੀਰ ਸਾਧੂ ਹੋਰ ਦੂਸਰੇ ਧਰਮਕ ਕਹੇ ਸਾਧੂ ਨੂੰ ਬਖਸ਼ਿਆ ਨਹੀਂ ਸੀ ਸਭਨਾ ਤੇ ਜ਼ੁਲਮ ਢਾਇਆ ਇਸਨੇ ਗੁਰ ਘਰ ਸੋਂ ਬਹੁਤ ਦਰੋਹ ਕਮਾਇਆ ਤੇ ਗੁਰੂ ਘਰ ਦੇ ਨਾਲ ਵੀ ਬਣਾ ਭਾਰੀ ਇਸਨੇ ਵੈਰ ਕਮਾਇਆ ਇਸ ਪਾਪੀ ਨੇ ਕਰਿਓ ਅਕਰਮ ਦੁਸ਼ਟ ਦੁਖ ਪਾਵਾ ਉਹ ਇਸਨੇ ਜੋ ਇੱਕ ਅਕਰਮ ਭੈਣੇ ਕਰਮ ਕੀਤੇ ਸਨ ਉਹਨਾਂ ਦਾ ਦੁੱਖ ਭੋਗਣਾ ਪਿਆ ਇਸ ਨੂੰ ਫਿਰ ਸੁਣ ਸਭ ਸਿੰਘ ਪ੍ਰਸੰਨ ਮਹਾਨ ਸਾਰੇ ਸਿੰਘ ਸੁਣ ਕਰਕੇ ਇਹੋ ਜੇ ਮਹਾਰਾਜ ਦੇ ਇਤਿਹਾਸ ਨੂੰ ਖੁਸ਼ ਹੋਏ ਹੱਥ ਜੋਰ ਕੇ ਬਾਕ ਬਖਾਨਾ ਹੱਥ ਜੋੜ ਕੇ ਭਾਈ ਰਾਮਕੌਰ ਸਾਹਿਬ ਨੂੰ ਬਚਨ ਕੀਤਾ ਨੌ ਗੁਰ ਕੀ ਸਭ ਕਥਾ ਬਖਾਨੋ ਇੰਜ ਕਰੋ ਜੀ ਤੁਸੀਂ ਨਵਾਂ ਗੁਰੂਆਂ ਦੀ ਸਾਰੀ ਕਥਾ ਸੁਣਾਓ ਸਾਨੂੰ ਤੁਮ ਸਰ ਸਰਬੱਗ ਸਰਬਹੀ ਜਾਨੋ ਤੁਸੀਂ ਸਭ ਤਰੀਕਿਆਂ ਨਾਲ ਸਰਬ ਦੇ ਗਿਆਤ ਇਹੋ ਜਾਣਦੇ ਹੋ ਤੁਸੀਂ ਤਤ ਮੇਤੇ ਬ੍ਰਹਮਗਣੀ ਦਸਾਂ ਗੁਰਾਂ ਦਾ ਇਤਿਹਾਸ ਸੁਣਾਓ ਸਾਨੂੰ ਇਹ ਸਭ ਪ੍ਰਥਮੇ ਕਥਾ ਸੁਣਨੇ ਸੁਣਨੇ ਸੁਣੀਏ ਉਹ ਕਹਿੰਦੇ ਸੁਣਈਏ ਕਹਿੰਦੇ ਇਹ ਸਾਰੀ ਕਥਾ ਪਹਿਲਾਂ ਸੁਣੋ ਗੁਰ ਚਰਿਤਰ ਕੀਨੋ ਸਮਝਾਈਐ ਜੋ ਇਸ ਪਰਕਾਰ ਗੁਰੂ ਸਾਹਿਬ ਨੇ ਚਰਿਤਰ ਕੌਤਕ ਜਿੱਦਾਂ ਕੀਤੇ ਉਹ ਸਾਰੇ ਸਾਨੂੰ ਸਮਝਾਓ ਸੁਣਾਓ ਜਿਉ ਜਿਉ ਭਏ ਕਹੋ ਸਭ ਕਥਾ ਜਿਵੇਂ ਜਿਵੇਂ ਮਹਾਰਾਜ ਦੇ ਕੌਤਕ ਹੋਏ ਨੇ ਸਾਰੀ ਕਥਾ ਭਾਈ ਸਾਹਿਬ ਜੀ ਸੁਣਾਓ ਸਾਨੂੰ ਗੁਰੂ ਪ੍ਰਸੰਗ ਸੁਣਾਵੋ ਜਥਾ ਜਿਵੇਂ ਹੋਏ ਨੇ ਗੁਰੂ ਸਾਹਿਬਾਨ ਦੇ ਪ੍ਰਸੰਗ ਸਾਨੂੰ ਸੁਣਾਵੋ ਸੁਣੀ ਖਾਲਸੇ ਕੀ ਏਮ ਬਾਨੀ ਜਿਉ ਖਾਲਸੇ ਦੀ ਗੁਰੂ ਕੇ ਸਿੰਘਾਂ ਦੀ ਬਾਣੀ ਜਦੋਂ ਸੁਣੀ ਭਾਈ ਰਾਮਕੌਰ ਜੀ ਨੇ ਸ੍ਰੀ ਗੁਰਬਖਸ਼ ਸਿੰਘ ਮਨ ਮਾਨੀ ਭਾਈ ਗੁਰਬਖਸ਼ ਸਿੰਘ ਜੀ ਹੁਣਾਂ ਨੇ ਮਨ ਚ ਮੰਨ ਲਈ ਇਹ ਬੇਨਤੀ ਕਥਾ ਸੁਣਾਵਨ ਲੱਗਿਓ ਸੋਈ ਸੋ ਭਾਈ ਕਥਾ ਸੁਣਾਉਣ ਲੱਗ ਪਏ ਫਿਰ ਗੁਰੂ ਸਾਹਿਬ ਦੀ ਨਿਤਨੇਮ ਦੇ ਨਾਲ ਨੌ ਸਤ ਗੁਰ ਕੀ ਜਿਮ ਜਿਮ ਹੋਈ ਨੌ ਸਤ ਗੁਰਾਂ ਦੀ ਜਿਸ ਤਰੀਕੇ ਦੇ ਨਾਲ ਕਥਾ ਹੋਈ ਹੈ ਉਹ ਸੁਣਾਉਣੀ ਸ਼ੁਰੂ ਕੀਤੀ ਹੈ ਦੋਹਰਾ ਸੁਨਤ ਭਇਓ ਤਬ ਖਾਲਸਾ ਸਾਰਾ ਖਾਲਸਾ ਬੜੇ ਪ੍ਰੇਮ ਨਾਲ ਗੁਰੂ ਦੀ ਕਥਾ ਨੂੰ ਸੁਣਦਾ ਹੋਇਆ ਸੁਣਿਆ ਸ੍ਰੀ ਗੁਰ ਜਸ ਕੋ ਸਰੋਣ ਅੰਨਾਂ ਦੇ ਵਿੱਚ ਗੁਰੂ ਸਾਹਿਬਾਂ ਦਾ ਜਸ ਬੜੇ ਪ੍ਰੇਮ ਨਾਲ ਸੁਣਿਆ ਖਾਲਸੇ ਨੇ ਇਕੱਠੇ ਹੋ ਕੇ ਪਠ ਹੈ ਸੁਨਹੈ ਮਨ ਮਹਿ ਗੁਣ ਹੈ ਜਿਹੜਾ ਇਸ ਕਥਾ ਨੂੰ ਪੜ੍ਹੇ ਸੁਣੇ ਤੇ ਮਨ ਚ ਵਿਚਾਰ ਕਰੇ ਪੂਰਹਿ ਕਾਮਨਾ ਤਉਨ ਉਹਨਾਂ ਦੀਆਂ ਸਭ ਕਾਮਨਾ ਨੂੰ ਪੂਰੀਆਂ ਕਰਨ ਵਾਲੀ ਹੈ ਗੁਰੂ ਦੀ ਕਥਾ ਹੈ ਜੋ ਪ੍ਰੇਮ ਦੇ ਨਾਲ ਪੜ੍ਹੇ ਪ੍ਰੇਮ ਨਾਲ ਸੁਣੇ ਮਨ ਚ ਵਿਚਾਰ ਕਰੇ ਗੁਰੂ ਦੇ ਉਪਤੇ ਏਕ ਧਰ ਲਵੇ ਗੁਰੂ ਤੇ ਭਰੋਸਾ ਕਰ ਲਵੇ ਮਹਾਰਾਜ ਕਹਿੰਦੇ ਉਹਨਾਂ ਦੀਆਂ ਜੋ ਵੀ ਮੰਨਦੀਆਂ ਕਾਮਨਾ ਨੇ ਮੇਰੇ ਸਤਿਗੁਰੂ ਜੀ ਪੂਰੀਆਂ ਕਰਦੇ ਨੇ ਐਸੀ ਇਹ ਭਾਗਾਂ ਵਾਲੀ ਮੇਰੇ ਸਤਿਗੁਰਾਂ ਦੀ ਕਥਾ ਸਾਨੂੰ ਕਵੀ ਸੰਤੋਖ ਸਿੰਘ ਜੀ ਹੁਣੇ ਵੱਡਾ ਉਦਮ ਕਰਕੇ ਦਸਾਂ ਗੁਰੂਆਂ ਦੀ ਕਥਾ ਲਿਖ ਕਰਕੇ ਇਹ ਸੂਰਜ ਪ੍ਰਕਾਸ਼ਾ ਕਹਿ ਦਿੰਦਾ ਹੈ ਸ੍ਰੀ ਗੁਰਪ੍ਰਤਾਪ ਸੂਰਜ ਦੀ ਗ੍ਰੰਥ ਉਹਨਾਂ ਨੇ ਇਸ ਪ੍ਰਕਾਰ ਰਚਿਆ ਜਿਸ ਦੀ ਸਭ ਤਖਤਾਂ ਤੇ ਵੱਡੇ ਵੱਡੇ ਅਸਥਾਨਾਂ ਤੇ ਇਹ ਕਥਾ ਹੁੰਦੀ ਹੈ ਮੇਰੇ ਸਤਿਗੁਰੂ ਦੀ ਕਿਰਪਾ ਨਾਲ ਇਹ ਟਕਸਾਲ ਦਾ ਅਸਥਾਨ ਹੈ ਐਸਵੇਂ ਗੁਰਪ੍ਰਤਾਪ ਸੂਰਜ ਦੀ ਕਥਾ ਤੇ ਸਵੇਰ ਨੂੰ ਗੁਰੂ ਗੰਸਾ ਸਾਹਿਬ ਦੀ ਲੜੀਵਾਰ ਕਥਾ ਵੀ ਇੱਕ ਅੰਡ ਤੇ ਐਤਵਾਰ ਦੇ ਦਿਨ ਦੁਪਹਿਰ ਦੇ ਟਾਈਮ ਤੇ ਸੰਗਤ ਜੁੜਦੀ ਉਸ ਮੇਲੇ ਵਿੱਚ ਲੜੀਵਾਰ ਕਥਾ ਗੁਰੂ ਗੰਦ ਸਾਹਿਬ ਦੀ ਸੁਣਾਈ ਜਾਂਦੀ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਸਤਿਗੁਰਾਂ ਦੀ ਕਥਾ ਪੜ੍ਹੀ ਸੁਣੀ ਸਾਡੇ ਹਿਰਦੇ ਵਸੇ ਜਿਸ ਦੇ ਧਾਰ ਨਹੀਂ ਹੋ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਰ ਪ੍ਰਵਿਆਪੇ ਮੇਲੇ ਦੇ ਵਰਤਨ ਦੇ ਪਾਤਰ ਬਣੀਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ ਜਿਉਹ ਮੈਂ ਸਭ ਤੋਂ ਮੇਲੇ ਦੀ ਦਾਤ ਪ੍ਰਾਪਤ ਹੋਵੇ ਸੁਨਤ ਭਇਓ ਤਬ ਖਾਲਸਾ ਸ੍ਰੀ ਗੁਰਜਸ ਕੋ ਸਰੋਣ ਠਹਿ ਹੈ ਸੁਨ ਹੈ ਮਨ ਮਹਿ ਗੁਣ ਹੈ ਪੂਰਹ ਕਾਮਨਾ ਤੌਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ